ਸਸ਼ਗਾਲ ਦੀ ਸਾਰਿਆਂ ਨੂੰ ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਗ ਮੋਰਲ ਟਾਊਨ ਲੁਧਿਆਣਾ ਤੋਂ ਬੋਲ ਰਹੇ ਹਾਂ ਜੀ ਔਰ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਸਾਡੇ ਕੋਲ ਜੋ ਕਲੈਕਸ਼ਨ ਨਿਊ ਆਉਂਦੀ ਹੈ ਸਟੋਰ ਤੇ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਲਾਈਵ ਸ਼ੋਅ ਕਰਦੇ ਆ ਕਿ ਆਪਣੇ ਫੇਸਬੁਕ ਪੇਜ ਦੇ ਉੱਤੇ ਉਸ ਤ ਲਈ ਤੁਹਾਨੂੰ ਅਸੀਂ ਅੱਜ ਨਵੀਂ ਕਲੈਕਸ਼ਨ ਦਿਖਾਉਣ ਜਾ ਰਹੇ ਹਾਂ ਇੰਡੋ-ਵੈਸਟਰਨ ਐਂਡ ਰੈਡੀਮੇਡ ਸੂਟਸ ਦੇ ਵਿੱਚ ਕੰਮ ਕਰੀਏ ਵਾਸਤੇ ਸੋਇ ਕੁਰੀ ਫੇਰ ਤੁਹਾਨੂੰ ਸਭ ਨੂੰ ਬਹੁਤ ਪਿਆਰ ਭਰੀ ਸਸ਼ਕਾਲ ਵੈਲਕਮ ਟੂ ਦਾ ਲਾਈਵ ਸ਼ੋਅ ਆਫ ਬਲਵੀ ਸਟੋਰ ਟੂਡੇ ਵੀ ਆਰ ਗੋਇੰਗ ਟੂ ਸ਼ੋਅ ਯੂ ਸਮ ਲਾਈਵ ਕਲੈਕਸ਼ਨ ਜਿਹਦੇ ਵਿੱਚ ਤੁਹਾਨੂੰ ਅਸੀਂ ਇੰਡੋ-वेस्टर्न ਡ्रेसेस ਡ੍ਰੇਪ ਸਾਰੀਜ਼ ਐਂਡ ਰੈਡੀਮੇਡ ਸੂਟਸ ਦਿਖਾਉਣ ਜਾ ਰਹੇ ਹਾਂ ਕਾਫੀ ਅੱਛੇ ਜਿਹਦੇ ਵਿੱਚ ਕੀ ਤੁਹਾਨੂੰ ਕਾਫੀ ਅਜੀਤ ਡ्रेसेस ਮਿਲਣ ਗਿਆ ਅਲੱਗ-ਅਲੱਗ ਸ਼ੇਡਸ ਦੇ ਵਿੱਚ ਹੈਗੇ ਨੇ ਅਲੱਗ-ਅਲੱਗ ਸਟਾਈਲਸ ਦੇ ਵਿੱਚ ਹੈਗੇ ਨੇ ਤੇ ਅੱਜ ਅਸੀਂ ਤਿੰਨ ਚਾਰ ਜੀ ਆਨਾਨਸ ਵੀ ਕਰਨਾ ਚਾਹੁੰਦੇ ਆ ਕਿਹਾ ਸੋ ਤੁਸੀਂ ਰਿਕੁਐਸਟ ਕਰਦੇ ਆ ਸਾਰਿਆਂ ਨੂੰ ਕਿ ਪਹਿਲੀ ਗੱਲ ਤਾਂ ਵੀਡੀਓ ਨੂੰ ਐਂਡ ਤੱਕ ਵਾਚ ਕਰੋ ਬਹੁਤ ਲਿਮਟਿਡ ਜੀ ਕਲੈਕਸ਼ਨ ਹੈ 10 ਤੋਂ 12 ਪੀਸ ਜੋ ਬਿਲਕੁਲ ਬ੍ਰੈਂਡ ਨਿਊ ਫਰੈਸ਼ ਆਏ ਸੀ ਤਾਂ ਉਹ ਦਿਖਾਣ ਜਾ ਰਹੇ ਆ ਸੋ ਪ੍ਰਾਈਸ ਰੇਂਜ ਵਿਲ ਬੀ ਫਰੋਮ 15000 ਟੂ 30000 ਸੋ 15000 ਤੋਂ ਲੈ ਕੇ 30000 ਤੱਕ ਦੀ ਅੱਜ ਅਪਾ ਰੇਂਜ ਕਵਰ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਵੈਡਿੰਗ ਸੀਜ਼ਨ ਹੁਣ ਅੱਗੇ ਆ ਰਿਹਾ ਹੈ ਸਾਰਾ ਤੇ ਉਹ ਦੇ ਅਕੋਰਡਿੰਗ ਤੁਹਾਨੂੰ ਜੋ ਵੀ ਨਵਾਂ ਹੈ ਸਾਡੇ ਕੋਲ ਡ्रेसेस ਆਈਆਂ ਨੇ ਇੰਡੋ ਵੈ कुछ सूट्स नवे आए हैं बड़े प्यारे बन के वह तुम अ दिखा जा रहे अज्ज की लाइव भीडियो प्राइस रेंज रहेगी फिफ्टीन थाउजेंड तो लैके थर्टी थाउजेंड तक दी दूसरा अज की वीडियो काफ़ी इंपोर्टेंट है बिकॉज एक तो पहली गलता जी कलैक्शन बहुत ही एक्सकलूसिव रहेगी अच्छ बहुत लिमिटेड पीसिस असं बुक करने ने। सो जिनों भी बुक करना अपना पीसिस तुम स्क्रीन क्लिक करके सा नंबर से भेज देना है एक बार मैं रिक्वेस्ट करा सा नंबर प्लीज नोट कर लो वट्सएपे ਏ ਨੰਬਰਸ ਅਵੇਲੇਬਲ ਨੇ ਜੀ WhatsApp ਤੇ ਜਿਨ੍ਹਾਂ ਦਾ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕਿਉਂ ਇਹ 3 ਨੰਬਰਸ ਅਵੇਲੇਬਲ ਨੇ ਕੋਈ ਵੀ ਇੱਕ ਨੰਬਰ ਤੁਸੀਂ ਚੂਜ਼ ਕਰਕੇ ਆਪਣੇ ਫੋਨ ਤੇ ਸੇਵ ਕਰ ਲਓ ਔਰ ਸਕਰੀਨਸ਼ਾਟ ਕਲਿੱਕ ਕਰਕੇ ਸਾਡੇ ਇਹਨਾਂ ਨੰਬਰਸ ਤੇ ਭੇਜ ਦਿਰੋ ਬਾਕੀ ਜਿਹੜੀ ਤੁਹਾਨੂੰ ਮੈਂ ਦੱਸ ਰਸੀਗਾ ਜੀ ਅੱਜ ਅਨਾਉਂਸਮੈਂਟ ਅਸੀਂ ਕਰਨ ਜਾ ਰਹੇ ਹਾਂ ਕਿ ਤੁਹਾਨੂੰ ਵੀਕਲੀ ਅਸੀਂ ਹੈਂਪਰ ਸ਼ੁਰੂ ਕਰ ਰਹੇ ਹਾਂ ਨਿਊ ਜਿਹੜਾ ਅੱਜਕਲ ਕਸਟਮਰਸ ਨੂੰ ਸੀ ਚਾਹੀਏ ਆ ਕਿ ਅੱਪਾ ਅਟਰੈਕਟ ਕਰੀਏ ਤੇ ਹੋਰ ਥੋੜਾ ਜਿਹਾ ਅਪਾ ਮਤਲਬ ਫਨ ਕਰੀਏ ਵੀਡੀਓ ਦਾ ਦੇਖੋ ਅਪਾ ਰੋਜ਼ ਹੀ ਪਾਣੇ ਗਿਆ ਬਟ ਕਸਟਮਰ ਨਾਲ ਇੰਟਰੈਕਸ਼ਨ ਲੈਣਾ ਚੀਜ਼ਾਂ ਨਾਲ ਬਣ ਜਾਂਦੀ ਸਾਡੀ ਸੋ ਤੁਹਾਡੇ ਵਾਸਤੇ ਅਨਾਉਂਸ ਕਰ ਰਹੇ ਹਾਂ ਕਿ ਹਰ ਵੀਕ ਅਸੀਂ ਜਿਹੜਾ ਸਪਟੈਂਬਰ ਦਾ ਮੰਥ ਹੈਗਾ ਐਵਰੀ ਵੀਕ ਵਿਲ ਬੀ ਅਨਾਉਂਸਿੰਗ ਨਿਊ ਵਿਨਰਸ ਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਏਦਾਂ ਦੇ ਆਫਰਸ ਚਲਾਉਂਦੇ ਰਹੀਆਂ ਤੇ ਕਾਫੀ ਕਸਟਮਰ ਨੇ ਸਾਨੂੰ ਸਪੋਰਟ ਕੀਤਾ ਹੈ ਕਾਫੀ ਕਸਟਮਰ ਸਾਡੀ ਵੀਡੀਓ ਸ਼ੇਅਰ ਕਰਦੇ ਰਹੇ ਨੇ ਉਸ ਤਰ੍ਹਾਂ ਹੀ ਫਿਰ ਤੋਂ ਤੁਹਾਨੂੰ ਅਸੀਂ ਨਵੇਂ ਹੈਂਪਰਸ ਦਵਾਂਗੇ ਇੱਕ ਵਾਰੀ ਦੇਖਦੇ ਆ ਡਿਟੇਲਸ ਹੈਂਪਰ ਦੀਆਂ ਜਿਵੇਂ ਕਿ ਤੁਹਾਨੂੰ ਪਤਾ ਜੀ ਆਫੀਸ਼ੀਅਲ ਸੇਮ ਜਿਹੜਾ ਆਪਣਾ ਬਾਕਸ ਹੈਗਾ ਬਲਬੀ ਸਟੋਰ ਦਾ ਬਹੁਤ ਪਿਆਰਾ ਇਹ ਤੁਹਾਨੂੰ ਜਾਏਗਾ ਤੁਹਾਨੂੰ ਇਹਦੀ ਕੰਡੀਸ਼ਨਸ ਵੀ ਦੱਸਾਂਗੀ ਕਿ ਤੁਸੀਂ ਕਿਸ ਤਰ੍ਹਾਂ ਇਹਨੂੰ ਪਾਰਟਿਸਿਪੇਟ ਕਰ ਸਕਦੇ ਹੋ ਕਿਸ ਤਰ੍ਹਾਂ ਵਿਨ ਕਰ ਸਕਦੇ ਹੋ ਪਹਿਲਾਂ ਆਪਾਂ ਕੰਟੈਂਟਸ ਦੇਖ ਲੈਣੇ ਆ ਦੇ ਸੋ ਬਹੁਤ ਹੀ ਅੱਛੀ ਤੁਹਾਨੂੰ ਦੇਖੋ ਜੀ ਪੈਕਿੰਗ ਜਾਏਗੀ ਪਹਿਲੀ ਗੱਲ ਤਾਂ ਸਾਡੇ ਵੱਲੋਂ ਥੈਂਕ ਯੂ ਕਾਰਡ ਸਾਡੀ ਟੀਮ ਵੱਲੋਂ ਥੈਨ ਬਹੁਤ ਹੀ ਅੱਛੀ ਪੂਰਾ ਪ੍ਰੋਪਰ ਇੱਕ ਜੁਐਲਰੀ ਦਾ ਸੈੱਟ ਜਾਏਗਾ ਤੁਹਾਨੂੰ ਇਸ ਤਰ੍ਹਾਂ ਜੁਐਲਰੀ ਦਾ ਸੈੱਟ ਜਾਏਗਾ ਦਿਸ ਇਜ਼ ਅ 4 ਪੀਸ ਸੈੱਟ ਜਿਹਦੇ ਵਿੱਚ ਨੈਕਲੈਸ ਇਅਰਿੰਗਸ ਔਰ ਨਾਲ ਇੱਕ ਟਿੱਕਾ ਹੋਏਗਾ ਆਫੀਸ਼ੀਅਲ ਲੈਟਰ ਹੋਏਗੀ ਸਾਡੇ ਵੱਲੋਂ ਜੋ ਸਾਡੀ ਟੀਮ ਦੇ ਵੱਲੋਂ ਤੁਹਾਨੂੰ ਅਸੀਂ ਕੰਟਰੀਬਿਊਸ਼ਨ ਦੇ ਲਈ ਥੈਂਕਸ ਕਰਾਂਗੇ ਤੇ ਤੀਸਰੀ ਚੀਜ਼ ਤੁਹਾਨੂੰ ਮਿਲੇਗੀ ਜੀ ਬਹੁਤ ਹੀ ਪਿਆਰਾ ਕਲਚ ਜਿਸ ਦੇ ਨਾਲ ਤੁਹਾਨੂੰ ਚੇਨ ਵੀ ਮਿਲਦੀ ਹੈ ਇਹਦੇ ਵਿੱਚ ਹੈਂਡਵਰਕ ਦਾ ਬਹੁਤ ਪਿਆਰੀ ਚੀਜ਼ ਤੁਹਾਨੂੰ ਇਸ ਤਰ੍ਹਾਂ ਮਿਲੇਗੀ ਸੋ ਇਹ ਸਾਰੀ ਡਿਟੇਲਸ ਆਣਗੀਆਂ ਜੀ ਸਾਡੇ ਜਿਹੜਾ ਅਸੀਂ ਕੰਟੈਸਟ ਹੁਣ ਲਾਂਚ ਕਰ ਰਹੇ ਹਾਂ ਇਹਦੇ ਵਾਸਤੇ ਹੁਣ ਤੁਹਾਨੂੰ ਮੈਂ ਕੰਡੀਸ਼ਨਸ ਵੀ ਦੱਸ ਦੇਣਾ ਤੁਸੀਂ ਸਾਡਾ ਜਿਹੜਾ ਕਮੈਂਟ ਸੈਕਸ਼ਨ ਹੈਗਾ ਵੀਡੀਓ ਦਾ ਉਹਦੇ ਵਿੱਚ ਤਿੰਨ ਫਰੈਂਡਸ ਨੂੰ ਟੈਗ ਕਰਨਾ ਹੈ ਔਰ ਆਪਣੇ ਤਿੰਨ ਫਰੈਂਡਸ ਨੂੰ ਇਹ ਵੀਡੀਓ ਸ਼ੇਅਰ ਕਰਨੀ ਹੈ ਸੋ ਜਿਹੜੇ ਵੀ ਕਸਟਮਰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਗੇ ਐਟਲੀਸਟ ਮਿਨਿਮਮ 3 ਕਰਨਾ ਹੈਗਾ ਅਗਰ ਤੁਸੀਂ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਬਾਕੀ ਜਿਹੜਾ ਵੀ ਕਸਟਮਰ ਜਿਆਦਾ ਤੋਂ ਜਿਆਦਾ ਸ਼ੇਅਰ ਕਰੇਗਾ ਉਹਨਾਂ ਨੂੰ ਅਸੀਂ ਐਵਰੀ ਸੈਟਰਡੇ ਆਪਣਾ ਜਿਹੜਾ ਹੈ ਅਨਾਉਂਸ ਕਰਾਂਗੇ Winner ਸੋ ਬੇਸਿਕਲੀ 4 ਵੀਕਸ ਹੈ ਕਹਿੰਦੇ ਸਪਟੰਬਰਸ ਤੇ 4 ਵਿਨਰਸ ਅਨਾਉਂਸ ਹੋਣਗੇ ਐਵਰੀ ਸੈਟਰਡੇ ਵੀਲ ਅਨਾਉਂਸ ਅ ਨਿਊ Winner ਤਾਂ ਤੁਸੀਂ ਵੀ ਜ਼ਰੂਰ ਪਾਰਟਿਸਿਪੇਟ ਕਰੋ ਸਾਡੇ ਕੰਟੈਸਟ ਦੇ ਵਿੱਚ ਬਾਕੀ ਥੋੜਾ ਜ਼ਿਆਦਾ ਟਾਈਮ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਫਰਸਟ ਆਰਟੀਕਲ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਜੀ ਅੱਜ ਆਈਵਰੀ ਕਲਰ ਦੇ ਵਿੱਚ ਬਹੁਤ ਪਿਆਰਾ ਸੂਟ ਬਣ ਕੇ ਆਇਆ ਅਗੇਨ ਜੀ ਅੱਜ ਦੀ ਕਲੈਕਸ਼ਨ ਕਾਫੀ ਅੱਛੀ ਪ੍ਰੀਮੀਅਮ ਕਲੈਕਸ਼ਨ ਰਹੇਗੀ ਸੋ ਆਈ ਹੁਡ ਰਿਕਵੈਸਟ ਕੀ ਐਂਡ ਤੱਕ ਵਾਚ ਕਰੋ ਵੀਡੀਓ ਨੂੰ ਵੀਡੀਓ ਕਾਫੀ ਅੱਛੀ ਅੱਜ ਤੁਹਾਨੂੰ ਦਿਖਾ ਰਹੇ ਹਾਂ ਬਾਕੀ ਇੱਕ ਵਾਰੀ ਤੁਸੀਂ ਦੇਖੋ ਸੂਟ ਹੈ ਬਲਾ ਆਈਵਰੀ ਕਲਰ ਦਾ ਸੂਟ ਹੈ ਜੀ ਕਾਫੀ ਡਿਮਾਂਡ ਚੱਲ ਰਹੀ ਆਈਵਰੀ ਕਲਰ ਦੇ ਵਿੱਚ ਦੇਖ ਸਕਦੇ ਹੋ ਪ੍ਰੋਪਰ ਸਾਰਾ ਹੈਂਡਵਰਕ ਦਾ ਆਰਟੀਕਲ ਹੈ ਮੈਂ ਤੁਹਾਨੂੰ ਇਹਦੇ ਡਿਟੇਲਿੰਗ ਦਿਖਾ ਦੇਣਾ ਕਾਫੀ ਅੱਛਾ ਹੈਂਡਵਰਕ ਦਾ ਆਰਟੀਕਲ ਆਏਗਾ ਬਹੁਤ ਪਿਆਰਾ ਬਣਿਆ ਹੋਇਆ ਸਾਰਾ ਨੈਕਲਾਈਨ ਦੇਖੋ ਜੀ ਕਿੰਨੀ ਪਿਆਰੀ ਇਸ ਤਰ੍ਹਾਂ সুইਟ ਹਾਰਟ ਸਟਾਈਲ ਦੇ ਵਿੱਚ ਨੈਕਲਾਈਨ ਹੈਗੀ ਹੈ ਪ੍ਰੋਪਰ ਸਾਰਾ ਹੈਂਡਵਰਕ ਆਏਗਾ ਇਸ ਤਰ੍ਹਾਂ ਇਹ ਪੈਪਲਮ ਸਟਾਈਲ ਦੇ ਵਿੱਚ ਪਿਓਰ ਰੌ ਸਿਲਕ ਦਾ ਟੌਪ ਹੈਗਾ ਜੀ ਪਿਓਰ ਰੌ ਸਿਲਕ ਦੇ ਉੱਤੇ ਬਹੁਤ ਸੋਹਣਾ ਟੌਪ ਬਣਿਆ ਹੋਇਆ ਪੂਰਾ ਪ੍ਰੋਪਰ ਹੈਂਡਵਰਕ ਦੇ ਵਿੱਚ ਆਏਗਾ ਇਹਦੇ ਵਿੱਚ ਦੇਖ ਸਕਦੇ ਹੋ ਕਾਫੀ ਅੱਛੀ ਡਿਟੇਲਿੰਗ ਹੈ ਇਸ ਨਾਲ ਤੁਹਾਨੂੰ ਜਿਹੜਾ ਬਾਟਮ ਮਿਲੇਗਾ ਜੀ ਇਹ ਪਿਓਰ ਕ੍ਰੇਪ ਦੇ ਵਿੱਚ ਜ਼ਾਫਾ ਆਏਗਾ ਇਹ ਤੁਸੀਂ ਦੇਖ ਸਕਦੇ ਹੋ ਇਸ ਜ਼ਾਫੇ ਦਾ ਵਨ ਸਾਈਡ ਫਲੇਅਰ ਹੈਗਾ ਜੀ ਸੋ ਬੇਸਿਕਲੀ ਫਲੇਅਰ ਕਾਫੀ ਅੱਛਾ ਆਏਗਾ ਜ਼ਾਫੇ ਦਾ ਹੈਗਾ ਇਹ ਪੈਰਲਰ ਹੀ ਹੈ ਡਿਵਾਈਡਰ ਹੀ ਹੈ ਬਟ ਜ਼ਾਫੇ ਦਾ ਫਲੇਅਰ ਕਾਫੀ ਅੱਛਾ ਆਏਗਾ ਪੂਰਾ ਫੁੱਲ ਫਲੇਅਰ ਵਾਲਾ ਜ਼ਾਫਾ ਹੈ ਬਹੁਤ ਫਲੋਈ ਹੈ ਔਰ ਬਹੁਤ ਹੀ ਗਰਲਿਸ਼ ਜਿਹਾ ਆਰਟیکل ਹੈਗਾ ਜੀ ਤਾਂ ਤੁਹਾਨੂੰ ਬੈਕ ਵੀ ਦਿਖਾਣੇ ਆ ਗਿਆ ਇਸ ਤਰ੍ਹਾਂ ਨਾਲ ਬੈਕ ਆਏਗਾ ਬੈਕ ਥੋੜਾ ਜਿਹਾ ਡੀਪ ਨੈਕ ਬਣਾਇਆ ਹੋਇਆ ਨਾਲ ਡੋਰੀ ਦਿੱਤੀ ਹੋਈ ਹੈ ਔਰ ਇਸ ਚੋਕਰ ਸਟਾਈਲ ਦਾ ਦੁਪੱਟਾ ਆਏਗਾ ਜੋ ਕਿ ਬੈਕ ਤੋਂ ਇਸ ਤਰ੍ਹਾਂ ਡ੍ਰੇਪ ਲੱਗਦਾ ਹੈਗਾ ਸੋ ਇਹ ਲੁੱਕ ਆਏਗੀ ਜੀ ਪੂਰੇ ਆਰਟੀਕਲ ਦੀ ਸੋ ਆਈਟਮ ਨੰਬਰ ਸਾਡੀ ਅੱਜ ਦੀ ਫਰਸਟ ਹੈਗੀ ਹੈ ਜੀ ਇਹਦਾ ਹੁਣ ਪ੍ਰਾਈਸ ਪੁਆਇੰਟ ਚੈੱਕ ਕਰਦੇ ਆਪਾਂ ਫਰਸਟ ਨੰਬਰ ਆਈਟਮ ਹੈ ਜੀ ਸਾਡੀ ਰੇਂਜ ਦੀ ਆਏਗੀ 29300 29300 ਇਹਦਾ ਪ੍ਰਾਈਸ ਰਹੇਗਾ ਜੀ ਆਈਵਰੀ ਸੂਟ ਦਾ ਇਹ ਕੋਲੇ ਡਿਟੇਲਿੰਗ ਤੁਸੀਂ ਫਿਰ ਤੋਂ ਚੈੱਕ ਕਰ ਲਓ ਸਾਰੇ ਆਰਟੀਕਲ ਦੀ ਹੈਂਡਵਰਕ ਫਿਨਿਸ਼ਿੰਗ बिकॉज साढ़े आर्टिकल्स देखो जी काफ़ी रेंज होंगी है बट दीज आर्टिकल्स आर वेरी एक्सक्लूसिव बहुत थोड़े बंदे हैं और बहुत जल्दी जल्दी सेल आउट भी हो जाते हैं सो अगर थोड़ा तो अच्छा लग रहा तो तुम स्क्रीनशॉट क्लिक करके ऑर्डर प्लेस कर सकते क्यों इस तरह लुक आएगी जी पूरे सूट द ट्वेंटी नाइन थाउजेंड थ्री हंड्रेड ए प्राइस रहेगा जी आइटम नंबर फर्स्ट हैगी जी सइज़ आर अवेलेबल अपू फोर्टी टू सो थर्टी फोर तो लैके थ्रू आउट फोर्टी टू तक सइज़ रेडी एवेलेबल मिलेगी नैक्स चलो जी ਇਸ ਹੀ ਸਟਾਈਲ ਦੇ ਵਿੱਚ ਸਾਨੂੰ ਨੂੰ ਅਗਲਾ ਆਰਟੀਕਲ ਦਿਖਾਉਣ ਜਾ ਰਹੇ ਹਾਂ ਜੀ ਹੌਟ ਪਿੰਕ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਆਰਟੀਕਲ ਹੈ ਜੀ ਮੇਰੇ ਖਿਆਲ ਕਲਰ ਵੀ ਹੈ ਬਿਲਕੁਲ ਯੂਨੀਕ ਹੈਗਾ ਸਟਾਈਲਿੰਗ ਬੜੀ ਪਿਆਰੀ ਹੈ ਸਾਰੇ ਕਸਟਮਰ ਜਿਹੜੇ ਦੇਖ ਰਹੇ ਨੇ ਵੀਡੀਓ ਨੂੰ ਤੁਸੀਂ ਵੀਡੀਓ ਸ਼ੇਅਰ ਜ਼ਰੂਰ ਕਰਨੀ ਕੀ ਹੈ ਪਰ ਨਾਲ ਨਾਲ ਸਾਨੂੰ ਦੱਸੋ ਜ਼ਰੂਰ ਕਿ ਤੁਹਾਨੂੰ ਇਹ ਕਲੈਕਸ਼ਨ ਕਿੱਦਾਂ ਦੀ ਲੱਗ ਰਹੀ ਹੈ ਤੁਹਾਡਾ ਫੀਡਬੈਕ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਬਾਕੀ ਤੁਹਾਨੂੰ ਹੌਟ ਪਿੰਕ ਕਲਰ ਦਾ ਪੀਸ ਦਿਖਾ ਰਹੇ ਹਾਂ ਜੀ ਅਗੇਨ ਪੈਪਲਮ ਸਟਾਈਲ ਦੇ ਵਿੱਚ ਆਏਗਾ ਬਹੁਤ ਪਿਆਰਾ ਹੈਂਡਵਰਕ ਦਾ ਪੀਸ ਹੈ ਪਿਓਰ ਰॉ ਸਿਲਕ ਦਾ ਟੌਪ ਹੈਗਾ ਜੀ ਦੇਖ ਸਕਦੇ ਹੋ ਵਰਕ ਬਹੁਤ ਪਿਆਰਾ ਹੈ ਦੇ ਉੱਤੇ ਪ੍ਰੋਪਰ ਜਿਵੇਂ ਆਪਾਂ ਕਹਿੰਦੇ ਹਾਂ ਜੀ ਲਹਿੰਗੇ ਵਾਲਾ ਵਰਕ ਆਏਗਾ ਪੂਰਾ ਹੈਂਡ ਵਰਕ ਦੇ ਵਿੱਚ ਸਾਰੀ 슬ੀਵਸ ਫੁੱਲ ਬਣੀ ਹੋਈਆਂ ਨੇ ਯੋਕ ਪੋਰਸ਼ਨ ਬਹੁਤ ਅੱਛਾ ਆਇਆ ਹੈਗਾ ਇਸ ਪੀਸ ਦੇ ਵਿੱਚ ਨਾਲ ਦੇਖ ਸਕਦੇ ਹੋ ਇਹਦੇ ਵਿੱਚ ਜਿਹੜਾ ਪੈਪਲਮ ਹੈ ਥੋੜਾ ਐਂਡੋਵੇਸ਼ਨ ਕੱਟ ਦਿੱਤਾ ਹੈਗਾ ਸੋ देयर विल बी ਅ ਸੈਂਟਰ ਕੱਟ ਇਸ ਤਰ੍ਹਾਂ ਹਲਕਾ ਜਿਹਾ ਸੈਂਟਰ ਵਿੱਚ ਕੱਟ ਰਹੇਗਾ ਪੈਪਲਮ ਦੇ ਵਿੱਚ ਨਾਲ ਤੁਹਾਨੂੰ ਸੇਮ ਇਸ ਤਰ੍ਹਾਂ ਇਹਦੇ ਵਿੱਚ ਤੁਹਾਨੂੰ ਮਿਲੇਗਾ ਜ਼ਾਫਾ ਔਰ ਗੈਂਜ਼ਾ ਫੈਬਰਿਕ ਦੇ ਵਿੱਚ ਸੋ ਪਿਓਰ オーਗੈਂਜ਼ਾ ਫੈਬਰਿਕ ਦੇ ਵਿੱਚ ਨੀਚੇ ਇਜ਼ਾਫਾ ਆਏਗਾ ਜੀ ਇਸ ਤਰ੍ਹਾਂ ਦਾ ਇਹ ਲੋਕ ਆਏਗੇ ਜੀ ਸਾਰੇ ਸ਼ਰਟ ਦੇ ਫਰੰਟ ਦੀ ਤੇ ਨਾਲ ਤੁਹਾਨੂੰ ਬੈਕ ਵੀ ਦਿਖਾ ਦਿੰਦੇ ਆ ਚੋਕਰ ਦੁਪੱਟਾ ਆਏਗਾ ਬੈਕ ਪੂਰੀ ਪ੍ਰੋਪਰ ਕਵਰਡ ਹੈਗੀ ਹੈ ਬਾਕੀ ਕੋਈ ਕਸਟਮਰ ਚਾਹੁੰਦੇ ਨੇ ਡੀਪ ਕਰਨਾ ਹੈ ਜਾਂ ਇੱਥੇ ਆਪਾਂ ਕੀ ਹੋਲ ਦੇਣਾ ਚਾਹੁੰਦੇ ਆ ਸੋ that is also possible ਬਹੁਤ ਪਿਆਰਾ ਇਸ ਤਰ੍ਹਾਂ ਦਾ ਬੈਕ ਬਣਿਆ ਹੋਇਆ ਹੈ ਫੁੱਲ 슬ੀਵਜ਼ ਹੈਗੇ ਨੇ ਵਰਕ ਤੁਸੀਂ ਦੇਖ ਸਕਦੇ ਹੋ ਕੋਈ ਫਿਰ ਤੋਂ ਜੀ ਬਹੁਤ ਨੀਟਨ ਕਲੀਨ ਵਰਕ ਹੈ ਸਾਰੀ ਫੁੱਲ ਜਿਹੜੀ ਕਲੀਆਂ ਨੇ ਬਹੁਤ ਪਿਆਰੀ ਬਣੀ ਹੋਈਆਂ ਨੇ कोई भी अच्छे यूज नहीं कितिया हुई है सारा पूरा प्रोपर हैंडवर्क है सो आई थिंक वंस यू वेयर दिस आर्टिकल तो मेरे ख्याल भी बहुत आई कैची चीज़ है सारा जो करउड होएगा तो वाल देख रहा होएगा जब आप इस तरह की कोई चीज़ पावे सो आइटम नंबर सेकेंड ए जी आप हम प्राइस पॉइंट देखते हैं प्राइस पॉइंट ट्वेंटी नाइन थाउजेंड थ्री हंड्रड अगेन सेम प्राइस का आर्टिकल है जी अभी भी उन्ती हज़ार तीन सौ ए प्राइस रहेगा जी हॉट पिंक कलर का प्योर सिल्क का टॉप है और गैनजा का नीचे इजाफा आएगा ਚਨੋਂ ਦਾ ਨਾਲ ਦੁਪੱਟਾ ਮਿਲੇਗਾ ਤੁਹਾਨੂੰ ਇਹਦੇ ਵਿੱਚ ਆਈਟਮ ਨੰਬਰ ਸੈਕੰਡ ਹੈਗੀ ਹੈ 29300 ਦਾ ਪ੍ਰਾਈਸ ਰਹੇਗਾ ਜੀ ਸਾਈਜ਼ਸ ਆਰ ਅਵੇਲੇਬਲ ਅਪ ਟੂ 42 ਨੈਕਸਟ ਲੋ ਜੀ ਨੈਕਸਟ ਤੋਂ ਤੁਹਾਨੂੰ ਅੱਜ ਜਿਹੜੀ ਵੈਰਾਈਟੀ ਦਿਖਾ ਰਹੇ ਹਾਂ ਜੀ ਬਹੁਤ ਸਸੀ ਡਿਫਰੈਂਟ ਡਿਫਰੈਂਟ ਪੈਟਰਨਸ ਦਿਖਾਉਣ ਜਾ ਰਹੇ ਹਾਂ ਹੁਣ ਜਿਵੇਂ ਤੁਹਾਨੂੰ ਇਹ ਚੀਜ਼ ਦਿਖਾ ਰਹੇ ਹਾਂ ਡ੍ਰਿਪ ਦੇ ਵਿੱਚ ਬਹੁਤ ਪਿਆਰਾ ਫੁੱਲ 슬ੀਵਸ ਦੇ ਵਿੱਚ ਆਰਟੀਕਲ ਆਏਗਾ ਡਿਜ਼ਾਈਨਰ ਚੀਜ਼ ਬਣੀ ਹੋਈ ਹੈ ਕਮਸ ਇਨ ਬਲੈਕ ਕਲਰ ਇਹਦੇ ਸਾਨੂੰ ਜਿਹੜਾ ਟੌਪ ਮਿਲੇਗਾ ਜੀ ਪਿਓਰ ਸਿਲਕ ਤੇ ਦੂਪੀਅਨ ਸਿਲਕ ਦਾ ਟੌਪ ਆਏਗਾ ਟੌਪ ਦੇ ਤੁਸੀਂ ਦੇਖ ਸਕਦੇ ਹੋ ਐਮਬਰਾਇਡਰੀ ਇਜ਼ ਵੈਰੀ ਨਾਈਸ ਐਂਡ ਵੈਰੀ ਇੰਟ੍ਰੀਗੇਟ ਸਾਰੀ ਇਹਦੇ ਤੇ ਐਮਬਰਾਇਡਰੀ ਦੇਖੋ ਜੀ ਸ਼ਾਡੋ ਵਰਕ ਦੀ ਪ੍ਰੋਪਰ ਹੈਂਡ ਵਰਕ ਦੀ ਐਮਬਰਾਇਡਰੀ ਹੈ ਜੋ ਕਿ ਕਾਫੀ ਅੱਛੀ ਡੀਟੇਲਿੰਗ ਦੇ ਰਹੀ ਹੈ ਪਲੱਸ ਦਾ ਕਲਰ ਮੈਚਿੰਗ ਔਨ ਥਿਸ ਆਰਟੀਕਲ ਇਜ਼ ਔਲਸੋ ਵੈਰੀ ਨਾਈਸ ਇਹਦੇ ਸਾਨੂੰ ਜਿਹੜੀ ਕਲਰ ਮੈਚਿੰਗ ਮਿਲ ਰਹੀ ਹੈ ਸਾਰੀ ਥ੍ਰੈਡ ਵਰਕ ਦੀ ਰੇਸ਼ਮ ਦੀ ਔਰ ਦੇਖੋ ਤੁਸੀਂ ਕਿੰਨੀ ਪਿਆਰੀ ਹੈ ਇਹਦੇ ਵਿੱਚ ਇਹਦੇ ਨਾਲ ਤੁਹਾਨੂੰ ਬੈਲਟ ਵੀ ਮਿਲਦੀ ਹੈਗੀ ਇਸ ਤਰ੍ਹਾਂ ਦੀ ਹੈ नाल आप डरेप भी देखिए तो इस तरह ड्रेप के उत्ते प्रॉपर पूरा हैंडवर्क है जो कि सेम थोड़ा स्कर्ट भी इस तरह ही रहेगा सो so, जॉर्ज फैब्रिक इस तरह का आएगा जी वाला ड्रेप आएगा अटैच ड्रेप है सारी रेडीमेड साड़ी सिर्फ वेयर करना है यदा तुम तो हूँ बैक भी दिखा देने फरंट इस तरह का आएगा जी बैक भी तुम देख लो सो बेसिकली तो जी कलैक्शन दिखा रहे जी काफ़ी एक्सकलूसिव है मेरे ख्याल पहला वीडियोज कभी देखी भी नहीं होएगी ਬਿਕੋਜ਼ ਥੀਸ ਆਰ ਆਲ ਨਿਊ ਸੈਂਪਲਸ ਆਲੇ ਬਣ ਕੇ ਆਏ ਨੇ ਇਸ ਦਾ ਨਾਲ 슬ੀਵਜ਼ ਦੇ ਉੱਤੇ ਜ਼ਿਪਰ ਮਿਲੇਗਾ ਤਾਂ ਕਿ ਤੁਸੀਂ ਈਜ਼ੀਲੀ ਇਨ ਵੇਅਰ ਕਰ ਸਕੋ embroidery ਤੁਸੀਂ ਕੁਰੀ ਚੈੱਕ ਕਰੋ ਜੀ ਬਹੁਤ ਇੰਟ੍ਰੀਗੇਟ ਐਮਬਰਾਇਡਰੀ ਹੈ ਲੁੱਕ ਬਹੁਤ ਸਮਾਰਟ ਹੈ ਕੀ ਹੈ ਫੁੱਲ 슬ੀਵਜ਼ ਦੇ ਵਿੱਚ ਬਣਿਆ ਆਏਗਾ ਇਸ ਸਮੇਂ ਆਪਾਂ ਇਹਦਾ ਪ੍ਰਾਈਸ ਪੁਆਇੰਟ ਵੀ ਚੈੱਕ ਕਰ ਲੈਨੇ ਆ ਜੀ 28050 ਦਾ ਪ੍ਰਾਈਸ ਰਹੇਗਾ ਜੀ ਇਸ ਨਾਲ ਲੁੱਕ ਆਏਗੀ ਪੂਰੇ ਆਊਟਫਿਟ ਦੀ ਸੋ ਫੁੱਲ 슬ੀਵਜ਼ ਬਲouses ਆਏਗਾ ਜੀ ਪਿਓਰ ਸਿਲਕ ਦਾ ਜਾਰਜਟ ਦਾ ਨਾਲ ਡਰੇਪ ਹੈ ਕਮਜ਼ ਵਿਦ ਅ ਹੈਂਡ ਵਰਕ ਬੈਲਟ 3 پیس ਸੈੱਟ ਹੈਗਾ embroidery ਤੁਸੀਂ ਪਰ ਫਿਰ ਚੈੱਕ ਕਰ ਸਕਦੇ ਹੋ ਇਹਦੀ embroidery ਬਹੁਤ ਪਿਆਰੀ ਹੈ ਸਾਰੇ ਪੀਸ ਦੀ ਮਤਲਬ ਬਹੁਤ ਜਿਹੜੇ ਕਸਟਮਰਸ ਆਉਂਦੇ ਨੇ ਉਹਨਾਂ ਨੂੰ ਕੁਝ ਐਕਸਕਲੂਸਿਵ ਚੀਜ਼ ਵੇਅਰ ਕਰਨੀ ਹੈ ਇਹ ਉਸ ਤਰ੍ਹਾਂ ਦਾ ਪ੍ਰੋਡਕਟ ਆਏਗਾ ਸੋ ਆਈਟਮ ਨੰਬਰ ਸਾਡੀ ਅੱਜ ਦੀ ਇਹ ਵਾਲੀ 3rd ਹੈਗੀ ਹੈ ਜੀ ਰੇਂਜ ਦੀ ਆਏਗੀ 28050 28050 ਦਾ ਪ੍ਰਾਈਸ ਰਹੇਗਾ ਜੀ ਆਈਟਮ ਨੰਬਰ ਸਾਡੀ 3rd ਹੈਗੀ ਹੈ ਸਾਈਜ਼ਸ ਆਰ ਅਵੇਲੇਬਲ ਅਪ ਟੂ 42 ਸੋ 42 ਤੱਕ ਦੇ ਵਿੱਚ ਤੁਹਾਨੂੰ ਸਾਈਜ਼ ਸਾਡੇ ਕੋਲ ਅਵੇਲੇਬਲ ਮਿਲਣਗੇ ਮੇਰੇ ਖਿਆਲ ਜੀ ਕੋਈ ਵੀ ਕਸਟਮਰ ਇਸ ਪੀਸ ਨੂੰ ਮਿਸ ਨਹੀਂ ਕਰ ਪਾਏਗਾ ਪੀਸ ਦੀ ਲੁੱਕ ਬਹੁਤ ਪਿਆਰੀ ਹੈ ਇਸ ਦੇ ਵਿੱਚ ਹੀ ਤੁਹਾਨੂੰ ਅਸੀਂ ਸੈਕੰਡ ਆਪਸ਼ਨ ਦੇਣ ਜਾ ਰਹੇ ਹਾਂ that is in carbon blue color ਖੁਸ਼ ਮਮ ਸ਼ਸ਼ਕਲ ਜੀ ਥੈਂਕ ਯੂ so much ਤੁਹਾਡੇ ਕਮੈਂਟ ਲਈ ਕਰਨ ਮਮ ਸ਼ਸ਼ਕਲ ਜੀ ਥੈਂਕ ਯੂ so much ਤੁਹਾਡੇ ਕਮੈਂਟ ਲਈ ਪਲੀਜ਼ ਸਾਰੇ ਵੀ ਜਿਹੜੇ ਕਸਟਮਰਸ ਦੇਖ ਰਹੇ ਹੋ ਜੀ ਤੁਸੀਂ ਪਹਿਲੀ ਗੱਲ ਤਾਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਹੈਂਪਰਸ ਲਾਂਚ ਕਰ ਰਹੇ ਹਾਂ ਏਵਰੀ ਵੀਕ so i would request everybody ki ਸਾਰੇ ਜਾਣੇ ਤੁਸੀਂ ਪਾਰਟ ਲੋ ਪਾਰਟਿਸਪੇਟ ਕਰੋ ਆਪਣੇ ਫਰੈਂਡਸ ਤੇ ਆਪਣੇ ਫੈਮਿਲੀ ਵਿੱਚ ਸ਼ੇਅਰ ਕਰੋ ਵੀਡੀਓ ਨੂੰ ਔਰ ਉਹਨੂੰ نیچے ਤੁਸੀਂ ਕਮੈਂਟ ਸੈਕਸ਼ਨ ਟੈਗ ਕਰਨਾ ਹੈਗਾ ਬੜਾ ਅੱਛਾ ਫਨ ਤਰੀਕਾ ਹੈ ਜੀ ਤੁਹਾਨੂੰ ਇਹਦੇ ਵਿੱਚ ਇੰਟਰੈਕਸ਼ਨ ਕਰਨ ਦਾ ਤੁਹਾਡੇ ਨਾਲ ਸਾਡੇ ਕਸਟਮਰਸ ਦੇ ਨਾਲ ਸੋ that is why we are doing it ਦੂਸਰਾ ਤੁਹਾਨੂੰ ਕਲੈਕਸ਼ਨ ਹੈ ਜਿਹੜੀ ਦਿਖਾ ਰਹੇ ਹਾਂ ਕਾਫੀ ਐਕਸਕਲੂਸਿਵ ਹੈਗੀ ਹੈ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਕਾਰਬਨ ਬਲੂ ਕਲਰ ਦਾ ਪੀਸ ਆਏਗਾ ਵਰਕ ਦਾ ਜਿਹੜਾ ਸਟਾਈਲ ਹੈ ਜੀ ਇਹਦੇ ਵਿੱਚ ਤੁਸੀਂ ਡਿਜ਼ਾਈਨ ਥੋੜਾ ਚੇਂਜ ਆਏਗਾ this is a cut sleeve blouse ਕਾਫੀ ਅੱਛਾ ਹੈ ਤੁਸੀਂ ਦੇਖ ਸਕਦੇ ਹੋ ਰਾਉਂਡ ਨੈਕ ਬਣਿਆ ਹੋਇਆ ਹੈ ਬ੍ਰਾਡ ਆਏਗਾ ਪ੍ਰੋਪਰ ਹੈਂਡਵਰਕ ਦੀ ਤੁਹਾਨੂੰ ਮੈਂ ਇੱਕ ਵਾਰੀ ক্লোਜ਼ ਅਪ ਦਿਖਾ ਰਹੇ ਹਾਂ ਹੈਂਡਵਰਕ ਬਹੁਤ ਹੀ ਅੱਛਾ ਕੀਤਾ ਹੋਇਆ ਦੇ ਉੱਤੇ ਜਦ ਆਪਾਂ ਰੇਸ਼ਮ ਦੀ ਜਾਂ ਥ्रेडਵਰਕ ਦੀ ਗੱਲ ਕਰੀ ਸੀ ਜੇ ਉਹਦੇ ਵਿੱਚ ਜਿਹੜਾ ਹੈ ਕਲਰਸ ਬਹੁਤ ਕਾਊਂਟ ਕਰਦੇ ਨੇ ਤੁਸੀਂ ਉਸੇ ਕਲਰਸ ਦੇਖ ਸਕਦੇ ਹੋ ਬਹੁਤ ਅੱਛੀ ਐਂਟੀਕ ਲੁੱਕ ਦੇ ਕਲਰਸ ਹਨਗੇ ਅਗੇਨ ਡਰੇ ਪੁੱਤੇ ਵੀ ਤੁਹਾਨੂੰ ਸੇਮ ਸਾਰਾ ਹੈਂਡਵਰਕ ਮਿਲਦਾ ਹੈ ਇਸ ਤਰ੍ਹਾਂ ਦਾ ਬੈਕ ਦਿਖਾਣਾ ਭਜੀ ਇਸ ਤਰ੍ਹਾਂ ਜੀ ਇਹਦਾ ਬੈਕ ਆਏਗਾ ਡੋਰੀ ਲਟਕਣਸ ਬਣਗੇ ਬੈਕ ਤੇ ਔਰ ਨਾਲ ਸਟ੍ਰੈਪ ਬਣਿਆ ਹੋਇਆ ਹੈ ਇਹਦੇ ਵੀ ਸਾਨੂੰ 슬ੀਵਸ ਵੀ ਮਿਲਦੇ ਨੇ ਕੈਪ 슬ੀਵਸ ਆਪਸ਼ਨ ਹੈ ਗਿਆ ਆਪਾਂ ਲਗਵਾਨੇ ਆ ਤੇ ਲਗਵਾ ਵੀ ਸਕਦੇ ਹੈ ਗਿਆ ਸੋ ਇਸ ਤਰ੍ਹਾਂ ਲੁੱਕ ਆਏਗੀ ਜੀ ਪੂਰੇ ਪੀਸ ਦੀ ਆਈਟਮ ਨੰਬਰ ਸਾਡੀ ਆਜੀ ਦੀ 4 ਥੇਗੀ ਹੈ ਜੀ ਇਹਦਾ ਹੁਣ ਪ੍ਰਾਈਸ ਪੁਆਇੰਟ ਆਪਾਂ ਚੈੱਕ ਕਰਦੇ ਹੈ ਗਿਆ ਸੋ ਥਿਸ ਇਸ ਫੋਰ 23100 23100 ਇਹਦਾ ਪ੍ਰਾਈਸ ਰਹੇਗਾ ਸੋ ਆਈਟਮ ਨੰਬਰ ਸਾਡੀ ਆਜੀ ਦੀ 4 ਥੇਗੀ ਹੈ ਜੀ ਲੁੱਕ ਤੁਸੀਂ ਇੱਕ ਵਾਰੀ ਫੇਰ ਤੋਂ ਦੇਖ ਲਓ ਕਾਰਬਨ ਬਲੂ ਕਲਰ ਦਾ ਪੀਸ ਆਏਗਾ ਬਹੁਤ ਸਮਾਰਟ ਡ੍ਰੇਪ ਹੈਗੀ ਹੈ ਹੈਂਡਵਰਕ ਦਾ ਸਾਰਾ ਇੱਥੇ ਕੰਮ ਕੀਤਾ ਹੋਇਆ ਪ੍ਰੋਪਰ 23100 ਦਾ ਪ੍ਰਾਈਸ ਰਹੇਗਾ ਜੀ ਨੈਕਸਟ ਚਲੋ ਵੀਆ ਜਿਵੇਂ ਤੁਹਾਨੂੰ ਦੱਸਿਆ ਸੀਗਾ ਜੀ ਸਾਡੇ ਕੋਲ ਕਲੈਕਸ਼ਨ ਕਾਫੀ ਆਈ ਹੈ ਤੇ ਤੁਹਾਨੂੰ ਹੁਣ ਚੇਂਜ ਫਿਰ ਤੋਂ ਕਰ ਰਹੇ ਹਾਂ ਹੁਣ ਤੁਹਾਨੂੰ ਨਵੀਂ ਚੀਜ਼ ਦਿਖਾ ਰਿਹਾ ਮੈਂ ਪਾਕਿਸਤਾਨੀ ਸੂਟ ਦੇ ਵਿੱਚ ਬਹੁਤ ਹੀ ਪਿਆਰਾ 올ਿਵ ਕਲਰ ਦਾ ਸੂਟ ਬਣ ਕੇ ਆਇਆ ਹੈ ਜਿਹਦੇ ਵਿੱਚ ਤੁਹਾਨੂੰ ਮਿਲੇਗੀ ਸ਼ਾਰਟ ਸ਼ਰਟ ਵਿਦ ਗਰਾਰਾ ਇਹ ਪੂਰੀ ਤੁਸੀਂ ਸ਼ਾਰਟ ਦੀ ਲੁੱਕ ਚੈੱਕ ਕਰ ਸਕਦੇ ਹੋ ਤੁਹਾਨੂੰ ਮੈਂ ਸ਼ਰਟ ਦਾ ক্লোਜ਼-ਅਪ ਦਿਖਾਣਾ ਨਾਉ ਥੀਸ ਆਰ ਸਮਥਿੰਗ ਵੈਰੀ ਯੂਨੀਕ ਜੀ ਅਗਰ ਆਪਾਂ ਕੋਈ ਨਾਰਮਲ ਸੂਟ ਵੇਅਰ ਕਰੀਏ ਤਾਂ ਉਹਦੇ ਵਿੱਚ ਕੀ ਹੈ ਕਿ ਘੇਰਾ ਬਣਿਆ ਹੋਏਗਾ ਬੂਟੀ ਬਣੀ ਹੋਏਗੀ ਬਟ ਇਹ ਚੀਜ਼ਾਂ ਤੁਸੀਂ ਜਿਹੜੀ ਦੇਖ ਰਹੇ ਹੋ ਬਿਲਕੁਲ ਐਕਸਕਲੂਸਿਵ ਨੇ ਮਤਲਬ ਫਰਮ ਆ ਟੀਨੇਜਰ ਟੂ ਆ ਯੰਗ ਗਰਲ ਜਾਂ ਤੁਸੀਂ ਕਹਿ ਸਕਦੇ ਹੋ ਕਿ ਮਤਲਬ ਸਾਰੀ ਏਜਸ ਨੂੰ ਸੂਟ ਕਰਦਾ ਹੈ ਅਪ ਟੂ 40 45 ਤੱਕ ਤੁਸੀਂ ਇਹ ਚੀਜ਼ ਜਿਹੜੀ ਹੈ ਕੋਈ ਵੀ ਏਜ ਗਰੁੱਪ ਨੂੰ ਵੇਅਰ ਕਰ ਸਕਦੇ ਹੋ ਕਿਉਂਕਿ ਇਹ ਚ ਬਾਉਂਡੇਸ਼ਨ ਨਹੀਂ ਹੈ ਬਹੁਤ ਹੀ ਕਲਾਸੀ ਜਿਹਾ ਪੀਸ ਹੈ ਪ੍ਰੋਪਰ ਸਾਰਾ ਇੱਥੇ ਹੈਂਡਵਰਕ ਆਏਗਾ ਰੇਸ਼ਮ ਦਾ ਛੋੜਾ ਜਿਹਾ ਸੇ ਨੂੰ ਮੇਰੇ ਨਾਲ ਹਾਈਲਾਈਟ ਕੀਤਾ ਹੋਇਆ ਸ਼ਾਰਟ ਸ਼ਰਟ ਆਏਗੀ ਨਾਲ 슬ੀਵਸ ਫੁੱਲ ਆਨ ਕੇ ਜੀ 슬ੀਵਸ ਦੇ ਉੱਤੇ ਤੁਹਾਨੂੰ ਮਿਲੇਗਾ ਪੈਚਵਰਕ ਇੱਥੇ ਜਿਵੇਂ ਬਨਾਰਸੀ ਫੈਬਰਿਕ ਹੈਗਾ ਜਾਰਜਟ ਦਾ ਉਹਦੇ ਉੱਤੇ ਇਸ ਤਰ੍ਹਾਂ ਸਾਰਾ ਪੈਚਵਰਕ ਕੀਤਾ ਹੋਇਆ ਪ੍ਰੋਪਰ ਹੈਂਡਵਰਕ ਦਾ ਇਸ ਤਰ੍ਹਾਂ ਸਾਰੀ ਸ਼ਰਟ ਦਾ ਫਰੰਟ ਆਏਗਾ ਜੀ ਇਹਦੇ ਨਾਲ ਤੁਸੀਂ ਗਰਾਰਾ ਵੀ ਦੇਖ ਸਕਦੇ ਹੋ ਗਰਾਰਾ ਬਹੁਤ ਅੱਛਾ ਬਣਿਆ ਹੋਇਆ ਹੈ ਫੁੱਲ ਪਾਕਿਸਤਾਨੀ ਸਟਾਈਲ ਦਾ ਗਰਾਰਾ ਆਏਗਾ ਅਗੇਨ ਲਾਈਟ 올ਿਵ ਗ੍ਰੀਨ ਕਲਰ ਹੈ ਕਲਰ ਬਹੁਤ ਸਮਾਰਟ ਹੈਗਾ ਉਹ ਦੋਨੋਂ ਅਸੀਂ ਇਹਦਾ ਬੈਕ ਵੀ ਦਿਖਾਉਣ ਜਾ ਰਹੇ ਹਾਂ ਇਸ ਤਰ੍ਹਾਂ ਫਰੰਟ ਆਏਗਾ ਬੈਕ ਵੀ ਤੁਸੀਂ ਦੇਖ ਸਕਦੇ ਹੋ ਫਰੰਟ ਐਂਡ ਬੈਕ ਆਲਮੋਸਟ ਜਿਵੇਂ ਕਹਿ ਲੋ ਕਿ ਸੇਮ ਬਣੇ ਹੋਏ ਹੈ ਬੈਕ ਦੇ ਉੱਤੇ ਵੀ ਤੁਸੀਂ ਦੇਖੋ ਡੀਪ ਨੈਕ ਹੈਗਾ ਔਰ ਨਾਲ ਇਸ ਤਰ੍ਹਾਂ ਬਹੁਤ ਪਿਆਰਾ ਬੂਟਾ ਬਣਿਆ ਆਏਗਾ ਸਾਈਡਸ ਬਣੇ ਨੇ ਬੜੇ ਅੱਛੇ 슬ੀਵਸ ਉੱਤੇ ਫੁੱਲ ਤੇ ਐਮਬਰਾਇਡਰੀ ਆਏਗੀ ਸੋ ਕਾਫੀ ਯੂਨੀਕ ਲੁੱਕ ਵਾਲਾ ਪੀਸ ਹੈਗਾ ਜੀ ਇਹ ਵੀ ਪਾਕਿਸਤਾਨੀ ਸਟਾਈਲ ਦੇ ਵਿੱਚ ਇਸ ਤਰ੍ਹਾਂ ਹੁਣ ਤੁਸੀਂ ਦੁਪੱਟਾ ਵੀ ਚੈੱਕ ਕਰ ਲਓ ਦੁਪੱਟਾ ਵੀ ਬਹੁਤ ਪਿਆਰਾ ਬਣਿਆ ਹੋਇਆ ਹੈ ਫੁੱਲ ਜਾਲ ਵਾਲਾ ਹੈਵੀ ਦੁਪੱਟਾ ਆਏਗਾ ਜੀ ਇਹਦੇ ਵਿੱਚ ਲੋ ਜੀ ਦੁਬੱਟਾ ਤੁਸੀਂ ਇੱਕ ਵਾਰੀ ਦੇਖ ਲਓ ਇਸ ਤਰ੍ਹਾਂ ਕੱਟਵਰਕ ਦੇ ਬਾਰਡਰ ਆਣਗੇ ਸੈਂਟਰ ਵਿੱਚ ਸਾਰੀ ਗੋਟੇ ਦੀ ਲਾਈਨ ਜਿਗੀਆਂ ਨੇ ਸੋ ਵੈਰੀ ਨਾਈਸ ਐਂਡ ਵੈਰੀ ਯੂਨੀਕ ਆਰਟੀਕਲ ਗਰਾਰਾ ਪੂਰਾ ਹੈਵੀ ਆਇਆ ਹੈ ਇਹਦੇ ਵਿੱਚ ਸ਼ਰਟ ਬੜੀ ਯੂਨੀਕ ਬਣੀ ਹੋਈ ਹੈ ਸਟਿਚਿੰਗ ਆਲਟ ਬਹੁਤ ਅੱਛਾ ਕੀਤਾ ਹੋਇਆ ਸਾਰੇ ਪੀਸ ਦਾ ਹੁਣ ਆਪਾਂ ਇਹਦਾ ਪ੍ਰਾਈਸ ਪੁਆਇੰਟ ਦੇਖਦੇ ਹਾਂ ਜੀ ਸੋ ਆਈਟਮ ਨੰਬਰ 5th ਹੈਗੀ ਹੈ ਜੀ ਰੇਂਜ ਦੀ ਆਏਗੀ 33800 33800 ਦਾ ਪ੍ਰਾਈਸ ਰਹੇਗਾ ਜੀ ਇੱਕ ਵਾਰੀ ਤੁਸੀਂ ਫਿਰ ਤੋਂ ਸਾਰੇ ਪੀਸ ਦੀ ਲੁੱਕ ਦੇਖ ਸਕਦੇ ਹੋ ਹੈਵੀ ਦੁਪੱਟੇ ਦੇ ਨਾਲ ਹੈਵੀ ਸ਼ਰਟ ਆਏਗੀ ਸ਼ਾਰਟ ਨਾਲ ਗਰਾਰਾ ਪੂਰਾ ਹੈਵੀ ਆਏਗਾ ਜੌਰਜਟ ਦੇ ਵਿੱਚ ਸ਼ਰਟ ਵੀ ਜੌਰਜਟ ਦੀ ਹੈ बॉटਮ ਵੀ ਜੌਰਜਟ ਦੇ ਵਿੱਚ ਆਏਗਾ ਨਾਲ ਦੁਪੱਟਾ ਮਿਲੇਗਾ ਸੌਫਟ ਨੈਟ ਦਾ ਸਾਈਜ਼ਸ ਆਰ ਅਵੇਲੇਬਲ ਅਪ ਟੂ 42 ਨੈਕਸਟ ਚਲੋ ਜੀ ਜਿਹੜੀ ਵੀ ਤੁਹਾਨੂੰ ਕਲੈਕਸ਼ਨ ਦੇ ਕਰ ਰਹੇ ਜੀ ਵੀ ਆਰ ਟ੍ਰਾਈਂਗ ਟੂ ਗਿਵ ਯੂ ਅ ਥੀਮ ਤਾਂ ਮਤਲਬ ਹਰ ਇੱਕ ਥੀਮ ਦੇ ਦੋ ਦੋ ਤਿੰਨ ਤਿੰਨ ਪੀਸਿਸ ਹੈਗੇ ਨੇ ਇਦੇ ਵਿੱਚ ਜਿਹੜਾ 3 ਦਾ ਸੈਕੰਡ ਆਰਟੀਕਲ ਹੈ ਉਹ ਆਏਗਾ ਇਸ ਤਰ੍ਹਾਂ ਦਾ ਡਸਟੀ ਆਨੀਅਨ ਕਲਰ ਦਾ ਆਈ ਥਿੰਕ ਸੋ ਥਿਸ ਇਜ਼ ਅ ਵੈਰੀ ਮਾਰਵਲਸ ਆਰਟੀਕਲ ਸਾਰੇ ਕਸਟਮਰਸ ਇਕ ਵਾਰੀ ਜ਼ਰੂਰ ਚੰਗੀ ਤਰ੍ਹਾਂ ਤੁਸੀਂ ਦੇਖੋ ਪੀਸ ਦੀ ਤੁਸੀਂ ਦੇਖੋ ਜੀ ਲੁੱਕ ਕਿੰਨੀ ਅੱਛੀ ਹੈ ਪਿਓਰ ਜਾਰਜਟ ਤੇ ਬਣਾ ਹੋਇਆ ਪੀਸ ਹੈਗਾ 스타ਟਿੰਗ ਫਰਮ ਦ ਸਲੀਵਸ ਡਿਜ਼ਾਈਨਰ ਸਲੀਵਸ ਆਣਗੇ ਸਲੀਵਸ ਤੇ ਇਸ ਤਰ੍ਹਾਂ ਪੈਚਵਰਕ ਹੈਗਾ ਉੱਪਰ ਆਏਗਾ ਸੀ ਗ੍ਰੀਨ ਕਲਰ ਦਾ ਪੈਚ ਔਰ ਨੀਚੇ ਆਏਗਾ ਜੀ ਇਸ ਤਰ੍ਹਾਂ ਦਾ ਕੰਟਰਾਸਟ ਗਾਜਰੀ ਕਲਰ ਦਾ ਨਾਲ ਸਕੈਲਪਿੰਗ ਵਰਕ ਕਿਤੋਂ ਦਾ ਪੂਰੀ ਸਲੀਵਸ ਦੇ ਉੱਤੇ ਮੂਵਿੰਗ नेकवी काफी अच्छा बनाया हुआ है सारी एम्ब्रॉयडरी ਤੁਸੀਂ ਦੇਖ ਸਕਦੇ ਹੋ ਪੈਚਵਰਕ ਬਹੁਤ ਹੀ ਸਮਾਰਟਲੀ ਇਹਦੇ ਵਿੱਚ ਕੀਤਾ ਹੋਇਆ ਬਹੁਤ ਨੀਟ ਐਂਡ ਕਲੀਨ ਕੀਤਾ ਹੋਇਆ ਕੇਰੇ ਤੇ ਪ੍ਰੋਪਰ ਇਸ ਤਰ੍ਹਾਂ ਸਕੈਲਪਿੰਗ ਦਾ ਕੰਮ ਆਏਗਾ ਔਰ ਨਾਲ ਜਿਹੜਾ ਸ਼ਰਾਰਾ ਆਏਗਾ ਜੀ ਇਹਦੇ ਵਿੱਚ ਪਿਓਰ ਔਰਗੈਂਜ਼ਾ ਦੇ ਵਿੱਚ ਸ਼ਰਾਰਾ ਆਏਗਾ ਵੋਵਨ ਦੇ ਵਿੱਚ ਪਿਓਰ ਜਾਮਾਵਰ ਦਾ ਸ਼ਰਾਰਾ ਆਏਗਾ ਬਹੁਤ ਸੋਹਣੇ ਕਟਵਕ ਦੇ نیچے ਬਾਰਡਰ ਆਣਗੇ ਪਹਿਲੀ ਗੱਲ ਤਾਂ ਜੀ ਕਲਰ ਵੀ ਬਹੁਤ ਪਿਆਰਾ ਹੈ ਸ਼ਗਨਾਲਾ ਕਲਰ ਹੈਗਾ ਔਰ ਜਿਹੜਾ ਇਹਦਾ ਸਟਾਈਲ ਹੈਗਾ ਬਹੁਤ ਹੀ ਮਤਲਬ ਐਂਟੀਕ ਔਰ ਬਹੁਤ ਹੀ ਜਿਵੇਂ ਕਹਿ ਸਕਦੇ ਆ ਗਿਆ ਯੂਨੀਕ ਔਰ ਡਿਫਰੈਂਟ ਜੀ ਲੁੱਕ ਵਾਲਾ ਪੀਸ ਹੈਗਾ ਇਹਦੇ ਸਾਨੂੰ ਮੈਂ ਦਾ ਬੈਕ ਵੀ ਦਿਖਾਣ ਜਾ ਰਿਹਾ ਬੈਕ ਵੀ ਬੜਾ ਅੱਛਾ ਬਣਿਆ ਹੋਇਆ ਜਿਸ ਤਰ੍ਹਾਂ ਤੁਸੀਂ ਫਰੰਟ ਦੇਖਿਆ ਡਿਜ਼ਾਈਨਰ ਉਸ ਤਰ੍ਹਾਂ ਹੀ ਬੈਕ ਵੀ ਬਹੁਤ ਸਮਾਰਟ ਬਣਿਆ ਆਏਗਾ ਬੈਕ ਤੇ ਡੀਪ ਨੈਕ ਦੇ ਰਾਉਂਡ ਸਾਰਾ ਇਸ ਤਰ੍ਹਾਂ ਹੈਂਡਵਰਕ ਆਏਗਾ ਨਾਲ ਸਾਰੀ ਬੂਟੀ ਬਣੀ ਹੋਈ ਹੈ ਕੇਰਾ ਬਹੁਤ ਸਮਾਰਟ ਆਏਗਾ ਇਹਦੇ ਵਿੱਚ ਵੀ ਸੋ ਵੀ ਆਰ ਟ੍ਰਾਈਂਗ ਟੂ ਗਿਵ ਯੂ ਅ ਟੇਸਟ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਸਾਡੇ ਕੋਲ ਜਿਹੜੀ ਚੀਜ਼ਾਂ ਨੇ ਉਹ ਕਾਫੀ ਯੂਨੀਕ ਹੈਗੀਆਂ ਨੇ ਬਹੁਤ ਜਿਹੜੀ ਅਸੀਂ ਨਵੀਂ ਐਡ ਕੀਤੀਆਂ ਨੇ ਸਪੈਸ਼ਲੀ ਸੋ ਜਾਰਜਟ ਦੀ ਸ਼ਰਟ ਹੈਗੀ ਹੈ ਜੀ ਗਰਾਰਾ ਇਹਦੇ ਵਿੱਚ ਤੁਹਾਨੂੰ ਮਿਲੇਗਾ ਸੌਫਟ ਆਰਗਾਂਜ਼ਾ ਦਾ ਨਾਲ ਹੁੰਦੇ ਦੇ ਵਿੱਚ ਆਏਗਾ ਬਹੁਤ ਹੀ ਬਿਊਟੀਫੁਲ ਦੁਪੱਟਾ ਇਹਦਾ ਵਿਦ ਕਿਰਨ ਲੇਸਸ ਔਨ ਦਾ ਸਾਈਡਸ ਸੋ ਸਾਰੇ ਸਾਈਡਸ ਤੇ ਤੁਹਾਨੂੰ ਇਸ ਤਰ੍ਹਾਂ ਕਿਰਨ ਲੇਸ ਮਿਲਦੀ ਹੈ ਸੈਂਟਰ ਸਾਰਾ ਗੋਟਾ ਵਰਕ ਮਿਲੇਗਾ ਸੌਫਟ ਨੈਟ ਦਾ ਦੁਪੱਟਾ ਹੈ ਸੋ ਇਟ ਇਜ਼ ਵੈਰੀ ਈਜ਼ੀ ਟੂ ਕੈਰੀ ਵੈਰੀ ਕੰਫਰਟੇਬਲ ਟੂ ਕੈਰੀ ਇਸ ਤਰ੍ਹਾਂ ਲੁੱਕ ਆਏਗੀ ਜੀ ਪੂਰੇ ਆਰਟੀਕਲ ਦੀ ਜਾਰਜਟ ਦੀ ਸ਼ਰਟ ਹੈਗੀ ਹੈ ਜੀ ਆਰਗਾਂਜ਼ਾ ਨਾਲ ਜੀ ਸ਼ਰਾਰਾ ਆਏਗਾ ਨਾਲ ਦੁਪੱਟਾ ਮਿਲੇਗਾ ਸੌਫਟ ਨੈਟ ਦਾ ਮੂਵਿੰਗ ਔਨ ਟੂ ਦਾ ਪ੍ਰਾਈਸ ਪੁਆਇੰਟ ਆਫ ਦਿਸ ਆਰਟੀਕਲ एद भी जो प्राइस है सेम है जी थर्टी थ्री थाउजेंड एट हंड्रेड तेती हज़ार अठ सौ प्राइस रहेगा जी एक बार फिर तो पूरा सूट देख दे हो ब्यूटीफुल लुकिंग आर्टिकल ब्यूटीफुल लुकिंग डिजाइन आइटम नंबर साटी सिक्स हैगी है रेंजी आएगी तेती हज़ार अठ सौ सइजेज आर अवेलेबल अपू फोर्टी तो टू नैक्सट चलो भाजी नैक्सटर तो नवी चीज़ दिखा जा रहे हैं जी बहुत अच्छी एक कलैक्शन लॉन्च कर रहे हैं के ਬਹੁਤ ਪਿਆਰੇ ਡਿਫਰੈਂਟ ਯੂਨੀਕ ਜੇ ਡੋਰੀ ਵਰਕ ਦੇ ਸੂਟਸ ਆ ਕਿਨ ਹੈ ਅੱਜ ਕੱਲ ਡੋਰੀ ਵਰਕ ਦਾ ਕਾਫੀ ਡਿਮਾਂਡ ਆ ਰਹੀ ਹੈ ਸੋ ਡੋਰੀ ਵਰਕ ਦੇ ਵਿੱਚ ਸੋਨੋ ਮੈਂ ਇਹ ਵਾਲਾ ਗਰਾਰਾ ਸੂਟ ਦਿਖਾਉਣ ਜਾ ਰਿਹਾ ਫਰਸਟ ਜਿਹੜਾ ਆਰਟੀਕਲ ਹੈ ਜੀ this comes in greyish blue color ਪਹਿਲੀ ਗੱਲ ਤਾਂ ombre shading ਦੇ ਵਿੱਚ ਆ ਸੋ ਇਟ ਲੁਕਸ ਵੈਰੀ ਨਾਈਸ ਐਂਡ ਵੈਰੀ ਯੂਨੀਕ ਬਾਕੀ ਤੁਸੀਂ ਇੱਕ ਵਾਰੀ ਉਹਦੇ ਡਿਟੇਲਸ ਦੇਖ ਸਕਦੇ ਹੋ ਸਾਰਾ ਕੱਚਾ ਡੋਰੀ ਦਾ ਵਰਕ ਆਏਗਾ ਜੋ ਕਿ ਬਹੁਤ ਹੀ ਇੱਕ ਐਂਟੀਕ ਲੁੱਕ ਦਿੰਦਾ ਹੈ ਸਾਰੇ ਪੀਸ ਨੂੰ georgette fabric hai so it is going to be very comfortable to wear fabric is breathable ਤੁਸੀਂ ਕੋਈ ਵੀ ਇਹਦੇ ਨੂੰ ਆਪਣੇ ਵੈਦਰ ਚ ਵੇਅਰ ਕਰ ਸਕਦੇ 12 ਮੰਥਸ ਅਰਾਊਂਡ 슬ੀਵਜ਼ ਦੇ ਉੱਤੇ ਤੁਹਾਨੂੰ ਇਸ ਤਰ੍ਹਾਂ 스캘핑 ਦਾ ਵਰਕ ਮਿਲੇਗਾ ਕੱਟ ਵਰਕ ਮਿਲੇਗਾ neck ਬਹੁਤ ਪਿਆਰਾ ਹਾਈਲਾਈਟ ਕੀਤਾ ਹੋਇਆ ਇਸ ਤਰ੍ਹਾਂ tassels ਦੇ ਨਾਲ ਨਾਉ ਜਿਹੜੀ ਫਿਨਿਸ਼ਿੰਗਸ ਤੁਸੀਂ ਦੇਖ ਰਹੇ ਹੋ ਜੀ ਫਿਨਿਸ਼ਿੰਗਸ ਬਹੁਤ ਕਾਊਂਟ ਕਰਦੀਆਂ ਨੇ ਪੀਸੇਸ ਦੇ ਵਿੱਚ ਐਸਾ ਨਾਲ ਕੇਰਾ ਆਏਗਾ so the upper of the shirt is more on the greys grey side ਐਂ ਜਿਹੜਾ ਕੇਰਾ ਬਣਿਆ ਉਹ ਥੋੜਾ ਬਲੂ ਕਲਰ ਦੇ ਵਿੱਚ ਆਏਗਾ ਉਸ ਤਰ੍ਹਾਂ ਹੀ ਨਾਲ ਇਹਦਾ ਗਰਾਰਾ ਬਣਿਆ ਹੋਇਆ ਹੈ ਜਾਰਜਟ ਦੇ ਵਿੱਚ ਸਕੈਲਪਿੰਗ ਵਰਕ ਦਾ ਸਾਰਾ ਕੱਟ ਵਰਕ ਦਾ ਗਰਾਰਾ ਆਏਗਾ ਪ੍ਰੋਪਰ ਹੈਵੀ ਗਰਾਰਾ ਹੈ ਇਹਦੇ ਵੀ ਤੁਸੀਂ ਇਕੁਰੀ ਡਿਟੇਲਿੰਗ ਦੇਖ ਲਓ ਲੁੱਕ ਬੜੀ ਸਮਾਰਟ ਹੈ ਜੀ ਪੀਸ ਦੀ ਬਲੂ ਕਲਰ ਦਾ ਇਹਦੇ ਸ਼ਰਾਰਾ ਆਏਗਾ ਇਸ ਤਰ੍ਹਾਂ ਗਰਾਰਾ ਔਰ ਪੂਰਾ ਫੁੱਲ ਫਲੇਅਰ ਹੈਗਾ ਪੀਸ ਦਾ ਇਸ ਤਰ੍ਹਾਂ ਨਾਲ ਬੈਕ ਆਏਗਾ ਫਰੰਟ ਵੀ ਹੈਵੀ ਹੈ ਜੀ ਔਰ ਬੈਕ ਵੀ ਪੂਰਾ ਹੈਵੀ ਆਏਗਾ ਸੂਟ ਦੇ ਵਿੱਚ ਇਹ ਲੁੱਕ ਆਏਗੀ ਪੂਰੇ ਪੀਸ ਦੀ ਇਹਦੇ ਨਾਲ ਤੁਸੀਂ ਦੁਪੱਟਾ ਵੀ ਅਗਰ ਦੇਖੋਗੇ ਤਾਂ ਦੁਪੱਟਾ ਵੀ ਬੜਾ ਪਿਆਰਾ ਓਮਬਰੇ ਸਟਾਈਲ ਦਾ ਹੀ ਆਏਗਾ ਸੋ ਇਸ ਤਰ੍ਹਾਂ ਸਾਰੇ ਕਾਰਨਰਸ ਤੇ ਪੈਚਵਕ ਹੈਗੇ ਔਰ ਨਾਲ ਇਸ ਤਰ੍ਹਾਂ ਗ੍ਰੇ ਕਲਰ ਦਾ ਦੁਪੱਟਾ ਨਾਲ ਪੱਲੇ ਆਣਗੇ ਬਲੂ ਕਲਰ ਦੇ ਔਰਗੈਂਜ਼ਾ ਦੇ ਵਿੱਚ ਦੁਪੱਟਾ ਆਏਗਾ ਜੀ ਸੌਫਟ ਔਰਗੈਂਜ਼ਾ ਦੇ ਵਿੱਚ ਸੋ ਇਸ ਤਰ੍ਹਾਂ ਲੁੱਕ ਆਏਗੀ ਜੀ ਸਾਰੇ ਪੀਸ ਦੀ ਵਾਈਟ ਨੰਬਰ ਸਾਡੀ ਅੱਜ ਦੀ 7th ਹੈਗੀ ਹੈ ਜੀ ਰੇਂਜ ਜਦੀ ਆਏਗੀ 28400 28400 ਦਾ ਪ੍ਰਾਈਸ ਰਹੇਗਾ ਜੀ ਆਈਟਮ ਨੰਬਰ ਸਾਡੀ ਆਈਡੀ 7 ਹੈਗੀ ਹੈ ਸਾਈਜ਼ ਇਸ ਆਵੇਲੇਬਲ ਅਪ ਟੂ 42 ਨੈਕਸਟ ਚਲੋ ਜੀ ਐਸੀ ਥੀਮ ਦੇ ਵਿੱਚ ਤੁਹਾਨੂੰ ਇੱਕ ਅਸੀਂ ਹੋਰ ਆਰਟੀਕਲ ਦਿਖਾਉਣ ਜਾ ਰਹੇ ਹਾਂ ਜੀ ਬਹੁਤ ਪਿਆਰਾ ਐਂਡ ਥਿਸ ਇਜ਼ ਇਨ ਓਮਬਰੇ ਸ਼ੈਡਿੰਗ ਐਸ ਵੈਲ ਬਟ ਇਹਦੇ ਵਿੱਚ ਜਿਹੜਾ ਟونز ਹੈਗੇ ਨੇ ਬੜੇ ਪਿਆਰੇ ਨੇ ਸੋ ਮਾਊਸ ਗ੍ਰੇ ਤੋਂ ਲੈ ਕੇ ਜਿਹੜਾ ਟੋਨ ਆਏਗਾ نیچے ਗਾਜਰੀ ਪਿੰਕ ਦੇ ਵਿੱਚ ਆਏਗਾ ਕਾਫੀ ਅੱਛਾ ਹੈ ਵੀ ਯੂਨੀਕ ਕੰਬੀਨੇਸ਼ਨ ਹੈ दूसरा जो है स्टाइल है जी अगेन पाकिस्तानी आएगा सो जरा चेस्ट पोर्शन है सारा कवर्ड है नीचे फिर इस तरह सेंटर कट आएगा पीस केट वी आर ट्राइंग इस किन तो अं अपनी वरायटी दिखाई क्योंकि अगर तुम शॉपिंग करना चाहते हो वैडिंग दुडे तो को वरायटी बननी चाहिए कुछ थोड़े कोट्स होन पेपलम कुछ हो जान पाकिस्तानी स्टाइल कुछ से इस तरह सेंटर कट के निक सकते हो पूरा फुल स्लीव उत्ते डिजाइनर वर्क आएगा डोरी का प्रॉपर थ्री डी लुकिंग वर्क है जी य ਬਾਕੀ ਉੱਪਰ ਮਾਊਸ ਗ੍ਰੇ ਕਲਰ ਦੀ ਸ਼ਰਟ ਹੈਗੀ ਆ ਉਪਰੋਂ ਸੈਂਟਰ ਕੱਟ ਔਰ نیچے ਜਿਹੜਾ ਘੇਰਾ ਆਏਗਾ ਇਸ ਤਰ੍ਹਾਂ ਤੁਹਾਨੂੰ ਮਿਲੇਗਾ ਗਾਜਰੀ ਕਲਰ ਦਾ ਸ਼ਰਾਰਾ ਦੇਖਦੇ ਆਪਾਂ ਇਹਦਾ ਸ਼ਰਾਰੇ ਵਿੱਚ ਤੁਸੀਂ ਦੇਖ ਸਕਦੇ ਹੋ ਟੂ ਟੂ ਟੋਨ ਆਏਗਾ ਉਪਰੋਂ ਮਿਲੇਗਾ ਤੁਹਾਨੂੰ ਇਸ ਤਰ੍ਹਾਂ ਗ੍ਰੇ ਕਲਰ ਦਾ ਔਰ نیچے ਆ ਕੇ ਬਣੇਗਾ ਤੁਹਾਨੂੰ ਸਾਰਾ ਗਾਜਰੀ ਕਲਰ ਦਾ ਸ਼ਰਾਰਾ ਜਿਹੜੀ ਤੁਸੀਂ ਕਲੀਆਂ ਦੇਖ ਰਹੇ ਹੋ ਜੀ ਕਲੀਆਂ ਵੀ ਬਹੁਤ ਪਿਆਰੀ ਬਣੀ ਹੋਈਆਂ ਨੇ ਇੱਕ ਕਲੀ ਇਸ ਤਰ੍ਹਾਂ ਆਏਗੀ ਵਰਟੀਕਲ ਲਾਈਨਸ ਦੇ ਵਿੱਚ ਔਰ ਦੂਸਰੀ ਕਲੀ ਆਏਗੀ ਬੂਟੀ ਦੇ ਵਿੱਚ ਵਿੱਚ ਲੁਕਸ ਵੈਰੀ ਅਟਰੈਕਟਿਵ ਜਦੋਂ ਆਪਾਂ ਇਹਨੂੰ ਦੇਖੋ ਜੀ ਵੇਅਰ ਕਰਨਾ ਤਾਂ ਦੇਖੋ ਸੋ ਕਾਫੀ ਜਿਵੇਂ ਤੁਹਾਨੂੰ ਦੱਸਿਆ ਸੀਗਾ ਯੂਨੀਕ ਲੁੱਕ ਹੈ ਪੀਸ ਬਹੁਤ ਸਮਾਰਟ ਹੈਗਾ ਔਰ ਕੋਈ ਵੀ ਜਿਹੜਾ ਏਜ ਗਰੁੱਪ ਹੈ ਨੋ ਵੇਅਰ ਕਰ ਸਕਦਾ ਹੈਗਾ ਇਸ ਤਰ੍ਹਾਂ ਸਾਰੀ ਸ਼ਰਟ ਦਾ ਬੈਕ ਆਏਗਾ ਬੈਕ ਵੀ ਬਹੁਤ ਅਚਾਰ ਡਿਜ਼ਾਈਨਰ ਬਣਾ ਹੋਇਆ ਵਰਕ ਤੁਸੀਂ ਚੈੱਕ ਕਰੋ ਜੀ ਵਰਕ ਕਿੰਨਾ ਪਿਆਰਾ ਹੈ ਸੋ ਇਸ ਤਰ੍ਹਾਂ ਲੁੱਕ ਆਏਗੀ ਜੀ ਬੈਕ ਦੇ ਨਾਲ ਹੁਣ ਤੁਹਾਨੂੰ ਦੁਪੱਟਾ ਵੀ ਲਗਾ ਕੇ ਦਿਖਾ ਦਿੰਨੇ ਆ ਦੁਪੱਟਾ ਵੀ ਇਹਦਾ 2 ਟੋਨ ਦੇ ਵਿੱਚ ਆਏਗਾ ਸੋ 2 ਟੋਨ ਦੁਪੱਟਾ ਹੈਗਾ ਮਾਊਸ ਗ੍ਰੇ ਇਨਟੂ ਗਾਜਰੀ ਕਲਰ ਬਿਊਟੀਫੁਲ ਟੋਨ ਜੀ ਤੁਸੀਂ ਕਲਰ ਦੇਖੋ ਕਿੰਨਾ ਅੱਛਾ ਲੱਗ ਰਿਹਾ ਦੁਪੱਟੇ ਦਾ ਵੀ ਸੋ ਬਾਰਡਰ ਦਾ ਜਿਹੜਾ ਰੰਗ ਹੈ ਕੰਟਰਾਸਟ ਰਹੇਗਾ ਪੱਲੇ ਤੋਂ ਇਸ ਤਰ੍ਹਾਂ ਰਹੇਗਾ ਗਾਝੀ ਕਲਰ ਦਾ ਨਾਲ ਕਾਰਨਰਸ ਬਣੇ ਆਣਗੇ ਲੁੱਕ ਬਹੁਤ ਸਮਾਰਟ ਹੈ ਪੀਸ ਦੀ موਵਿੰਗ ਔਨ ਟੂ ਦਾ ਪ੍ਰਾਈਸ ਪੁਆਇੰਟ ਇਹਦਾ ਪ੍ਰਾਈਸ ਰਹੇਗਾ ਜੀ 24900 ਦਾ 24900 ਇਹਦਾ ਪ੍ਰਾਈਸ ਹੈਗਾ ਇਸ ਤਰ੍ਹਾਂ ਲੁੱਕ ਆਏਗੀ ਸਾਰੇ ਪੀਸ ਦੀ ਆਈਟਮ ਨੰਬਰ ਸਾਡੀ ਦਾ ਜੀ 8 ਸੇਗੀ ਹੈ ਜੀ ਸਾਈਜ਼ ਇਸ ਅਵੇਲੇਬਲ ਅਪ ਟੂ 42 24900 ਇਹਦਾ ਪ੍ਰਾਈਸ ਰਹੇਗਾ ਨੈਕਸਟ ਚਲੋ ਜੀ ਨੈਕਸਟ ਤੁਹਾਨੂੰ ਸੀ ਡ੍ਰੈਪਸ ਦੇ ਵਿੱਚ ਆਰਟੀਕਲ ਦਿਖਾਉਣ ਜਾ ਰਹੇ ਹਾਂ ਜੀ ਰੈੱਡ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਪੀਸ ਬਣ ਕੇ ਆਇਆ ਹੈਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਕਿਉਂ ਇਹ 올 ਰੈੱਡ ਕੰਬੀਨੇਸ਼ਨ ਹੈ ਬਹੁਤ ਗਲੈਮਰਸ ਆਰਟੀਕਲ ਆਏਗਾ ਬਹੁਤ ਸਿੰਪਲ ਸੋਬਰ ਜੌਰਜਟ ਦੇ ਵਿੱਚ ਰੈਡੀमेड ਡ੍ਰੈਪਸ ਆੜੀ ਹੈ ਜਿਹਦੇ ਵਿੱਚ ਸਾਨੂੰ ਮੈਂ ਇੱਕ ਵਾਰੀ ਦਾ ਬਲਾਊਜ਼ ਦਿਖਾਉਣ ਜਾ ਰਹੇ ਹਾਂ ਬਲਾਊਜ਼ ਬਹੁਤ ਪਿਆਰਾ ਬਣਿਆ ਹੋਇਆ ਹੈ ਇਸ ਤਰ੍ਹਾਂ ਕੈਪ 슬ੀਵਜ਼ ਵਾਲਾ ਬਲਾਊਜ਼ ਆਏਗਾ ਜੀ ਬਲਾਊਜ਼ ਦੇ ਵਿੱਚ ਤੁਹਾਨੂੰ ਜਿਹੜਾ ਹਲਕਾ ਜਿਹਾ ਨੈਕ ਅਪਰ ਨੈਕ ਪੋਰਸ਼ਨ ਹੈ that will be tranzy ਇਸ ਤਰ੍ਹਾਂ ਲੁੱਕ ਆਏਗੀ ਸਕਿਨ ਦੀ ਨਾਲ 슬ੀਵਜ਼ ਵੀ ਹਲਕੇ ਜ ਚੈਸ਼ ਪੋਰਨ ਦੇ ਵੀ ਬਹੁਤ ਪਿਆਰਾ ਵਰਕ ਆਏਗਾ ਇਸ ਤਰ੍ਹਾਂ ਸਾਰਾ ਚੈਸ਼ ਪੋਰਨ ਦੇ ਵਰਕ ਹੈ ਜਿਹੜਾ ਤੁਸੀਂ ਪੱਲਾ ਦੇਖ ਰਹੇ ਹੋ ਇਹਦੇ ਵਿੱਚ ਪੱਲੇ ਦੇ ਨਾਲ ਤੁਹਾਨੂੰ ਇਸ ਤਰ੍ਹਾਂ ਫਰिल्स ਅਟੈਚ ਕੀਤੇ ਗਏ ਨੇ ਬਹੁਤ ਮਿਨਿਮਲਿਸਟਿਕ ਜੀ ਲੁੱਕ ਹੈ ਸਾਰੇ ਪੀਸ ਦੀ ਬਹੁਤ ਸਟਾਈਲਿਸ਼ ਪੀਸ ਆਏਗਾ ਸੋ ਜੌਰਜਟ ਦੀ ਡ੍ਰੇਪ ਹੈਗੀ ਹੈ ਜੀ ਬੈਕ ਇਸ ਤਰ੍ਹਾਂ ਬਣਿਆ ਹੋਇਆ ਪੀਸ ਦੇ ਵਿੱਚ ਬਹੁਤ ਪਿਆਰੇ ਡੋਰੀ ਦੇ ਲਟਕਣ ਜਾਨਗੇ ਇਸ ਤਰ੍ਹਾਂ ਸਾਰਾ ਬੈਕ ਟ੍ਰਾਂਜ਼ੀ ਰਹੇਗਾ ਇਹਦੇ ਵਿੱਚ ਸਾਈਡ ਜ਼ਿਪਰ ਮਿਲੇਗਾ ਤੁਹਾਨੂੰ ਫॉर ਕਨਵੀਨੀਅੰਸ ਸੋ ਇਹਸਟਰਾਂ ਲੁਕ ਆਏਗੀ ਜੀ ਸਾਰੇ ਆਰਟੀਕਲ ਦੀ ਜਾਰਜਟ ਦਾ ਰੈਡੀमेड ਸਾੜੀ ਆਏਗੀ ਜੀ ਨਾਲ ਸੌਫਟ ਨੈਟ ਦਾ ਬਲਾਊਜ਼ ਆਏਗਾ ਇਹਦੇ ਵਿੱਚ ਪ੍ਰਾਈਸ ਪੁਆਇੰਟ ਵੱਲ ਚੱਲ ਰਹੇ ਨੇ ਇਹਦਾ 18100 ਦਾ ਪ੍ਰਾਈਸ ਰਹੇਗਾ ਜੀ ਸੋ 18100 ਇਹਦਾ ਪ੍ਰਾਈਸ ਹੈਗਾ ਆਈਟਮ ਨੰਬਰ ਸਾਡੀ ਆਜੀ ਦੀ 9 ਥੇਗੀ ਹੈ ਜੀ 18100 ਦਾ ਪ੍ਰਾਈਸ ਰਹੇਗਾ ਨੈਕਸਟ ਚਲੋ ਜੀ ਨੈਕਸਟ ਆਜੀ ਵੀਡੀਓ ਦਾ ਲਾਸਟ ਆਰਟੀਕਲ ਤੁਹਾਨੂੰ ਹੁਣ ਦਿਖਾਉਣ ਜਾ ਰਹੇ ਹਾਂ ਜੀ ਬਹੁਤ ਹੀ ਪਿਆਰਾ ਦਿਸ ਇਜ਼ ਅ 4 ਪੀਸ ਸੈਟ इंडो वेस्टर्न ਦੇ ਵਿੱਚ ਬਹੁਤ ਹੀ ਅੱਛਾ ਰਿਸਪੌਂਸ ਚੱਲ ਰਿਹਾ ਹੈ ਸਪੀਸ ਦਾ ਅਗੇ ਜਿਵੇਂ ਤੁਹਾਨੂੰ ਦੱਸਿਆ ਅੱਜ ਤੁਹਾਨੂੰ ਸਿਰਫ 10 ਆਰਟੀਕਲਸ ਦਿਖਾਏ ਨੇ ਜਿਹੜੇ ਕਿ ਬਹੁਤ ਐਕਸਕਲੂਸਿਵਰ ਬਿਲਕੁਲ ਬ੍ਰਾਂਡ ਨਿਊ ਸੀਗੇ ਸੋ ਸਾਨੂੰ ਥੋੜਾ ਜਿਹਾ ਹਰੀ ਵੀ ਸੀਗਾ ਬਤਾਨੋ ਅਸੀਂ ਪਹਿਲਾਂ ਤੋਂ ਦਿਖਾਈਏ ਸਾਰੇ ਨਵੀਂ ਚੀਜ਼ਾਂ ਬਿਕਾਜ਼ ਜੋਨ ਕਸਟਮਰਸ ਸਟੋਰਸ ਤੇ ਵੀ ਆ ਰਹੇ ਨੇ ਸਾਡੇ ਕੋਲ ਔਰ ਜੋ ਆਨਲਾਈਨ ਕੁਇਰੀਜ਼ ਵੀ ਸੀ ਹੈਂਡਲ ਕਰ ਰਹੇ ਹਾਂ ਏਵਰੀ ਕਸਟਮਰ ਇਜ਼ ਗੋਇੰਗ ਆਊਟ ਫਾਰ ਵੈਡਿੰਗ ਸ਼ੋਪਿੰਗ ਨਾਓ ਸਾਰੇ ਕਸਟਮਰਸ ਦੇਖਣਾ ਚਾਹੁੰਦੇ ਨੇ ਕਿ ਕਿਹੜੇ ਸਟੋਰ ਤੇ ਕਿਹੜੀ ਵੈਰਾਈ ਸੋ ਜਿਵੇਂ ਤੁਹਾਨੂੰ ਪਤਾ ਹੈ ਬਲਬੀਸ ਸਟੋਰ ਦੇ ਵਿੱਚ ਤੁਹਾਨੂੰ ਜੋ ਵੀ ਚੀਜ਼ਾਂ ਮਿਲਦੀਆਂ ਸਭ ਤੋਂ ਬਿਲਕੁਲ ਬ੍ਰਾਂਡ ਨਿਊ ਅਸੀਂ ਤੁਹਾਨੂੰ ਜਿਦਾ ਪਹਿਲਾਂ ਲੈ ਕੇ ਆਉਂਦੇ ਆ ਨਵੇਂ ਟ੍ਰੈਂਡਸ ਲੈ ਕੇ ਆਈਦੇ ਨੇ ਸੋ ਐਸੀ ਕਰਕੇ ਤੁਹਾਨੂੰ ਅਸੀਂ ਅੱਜ ਬਹੁਤ ਸ਼ਾਰਟ ਜੀ ਬਹੁਤ ਕ੍ਰਿਸਪ ਜੀ ਵੀਡੀਓ ਦਿਖਾ ਰਹੇ ਹਾਂ ਬਾਕੀ মুਵਿੰਗ ਔਨ ਟੂ ਦਾ ਬਲੈਕ ਆਊਟਫਿਟ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹਦਾ ਬਲੈਕ ਕਲਰ ਦਾ نیچے 올 ਬਲੈਕ ਕਲਰ ਦਾ ਹੈਂਡਵਰਕ ਦਾ ਬਲouses ਆਏਗਾ ਉੱਪਰ ਇਸ ਤਰ੍ਹਾਂ ਸਟ੍ਰਿੰਗਸ ਆਗੇ ਨੇ ਜੀ which will be covered by the shrug ਜਿਹੜੀ ਉੱਪਰ ਸ਼ਰਗ ਆ ਜਾਏਗੀ ਇਹਦੇ ਉੱਤੇ ਦੇਖ ਸਕਦੇ ਹੋ ਟਾਸਲਸ ਵਗੈਰਾ ਬਹੁਤ ਪਿਆਰੇ ਲੱਗੇ ਹੋ नीचे जरा ड्रेप है जी दैट इज इन जॉर्ज फैब्रिक और ए जो बेल्ट है दैट इज एक्सट्रा सो दिस इज अ फोर पीस सैट जिद मिलेगा टॉप नाल मिलेगी बेल्ट नाल आएगा बॉटम और बहुत ही प्यारा शरग आएगा okay. इस तरह श ड्रेप के उत्ते भी हैंडवर्क है नाल इस तरह ना ऊपर श्रग आ जाएगा श्रग् में भी तुम अगर देखोगे तो स्लीवस का जोड़ा पैटर्न है बड़ा प्यारा आएगा इस तरह जी अपनी स्लीवस है, है ट्रांजी रहन इस तरह ट्रांजी स्लीवस आएगा प्रोपर है फुल लेंथ श्रग गएगा जी सो so, नीचे तक लेंथ पूरा प्रोपर आएगा ए सो so, इस तरह लोग आएगी जी पूरे आउटफिट की मूविंग ऑन टू द प्राइस पॉइंट प्राइस इस ट्वेंटी वन थाउजेंड फाइव हंड्रड इक्की हज़ार पांच सौ ए प्राइस रहेगा जी सइज आर अवेलेबल अपू फोर्टी टू फोर्टी टू तक सवेलेबल ने जी बिना मैम सत श्रीकाल जी थैंक यू सो मचे कॉमेंट लिये

ਕੋਈ ਪ੍ਰੋਬਲਮ ਨਹੀਂ ਆਉਂਦੀ ਕਿਸੇ ਨੂੰ ਸਾਰੇ ਕਸਟਮਰਸ ਵੇਅਰ ਕਰ ਲੈਂਦੇ ਨੇ ਸੋ ਅੱਜ ਦੀ ਵੀਡੀਓ ਤੁਹਾਨੂੰ ਕਾਫੀ ਅچھے ਸੂਟ ਸਿਖਾਈ ਜੀ ਬੜੀ ਕ੍ਰਿਸਪ ਜੀ ਵੀਡੀਓ ਰੱਖੀ ਆਪਾਂ ਬਹੁਤ ਲਿਮਟਿਡ ਅਸੀਂ ਇਹਨਾਂ ਵਿੱਚ ਆਰਡਰਸ ਲੈ ਰਹੇ ਹਾਂ ਸੋ ਤੁਹਾਨੂੰ ਜਿਹੜਾ ਵੀ ਆਰਟੀਕਲ ਅੱਛਾ ਲੱਗਦਾ ਤੁਸੀਂ ਸਕਰੀਨਸ਼ਾਟ ਕਲਿੱਕ ਕਰਕੇ ਸਾਡੇ ਨੰਬਰ 'ਤੇ ਭੇਜ ਸਕਦੇ ਹੋ ਇੱਕ ਵਾਰੀ ਮੈਂ ਫਿਰ ਰਿਮਾਈਂਡ ਕਰਨਾ ਚਾਹੁੰਗਾ ਕਿ ਤੁਸੀਂ ਵੀਡੀਓ ਨੂੰ ਆਪਣਾ ਸ਼ੇਅਰ ਕਰਨਾ ਹੈਗਾ ਆਪਣੇ 3 ਮਿਨੀਮਮ ਆਫ 3 ਫਰੈਂਡਸ اور ਮਿਨੀਮਮ ਆਫ 3 ਫਰੈਂਡਸ ਨੂੰ ਉੱਪਰ ਟੈਗ ਕਰਨਾ ਹੈ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ that is how you can participate in our hamper ਇਹ ਜਿਹੜੇ ਹੈਂਪਰਸ ਨੇ ਅਸੀਂ ਵੀਕਲੀ ਅਨਾਉਂਸ ਕਰਾਂਗੇ so every week there is going to be a new winner total 4 ਆਫ winners ਅਸੀਂ ਅਨਾਉਂਸ ਕਰਨ ਲੈਨੇ ਹੈਂਪਰ ਦੀ ਤੁਹਾਨੂੰ ਡਿਟੇਲਸ ਇੱਕ ਵਾਰੀ ਮੈਂ ਫਿਰ ਤੋਂ ਦਿਖਾ ਦਿੰਨਾ ਬਹੁਤ ਬਿਊਟੀਫੁਲ ਅਫੀਸ਼ੀਅਲ ਬਿਲਬੀ ਸਟੋਰ ਦਾ ਤੁਹਾਨੂੰ ਬਾਕਸ ਮਿਲੇਗਾ ਜਿਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਇੱਕ ਜੁਐਲਰੀ ਦਾ ਸੈੱਟ ਆਏਗਾ ਇਸ ਤਰ੍ਹਾਂ ਬਹੁਤ ਪਿਆਰਾ ਜਿਹਦੇ ਵਿੱਚ ਨੈਕਲੇਸ ਏਅਰਿੰਗਸ ਔਰ ਨਾਲ ਟਿੱਕਾ ਆਏਗਾ ਅਫੀਸ਼ੀਅਲ ਲੈਟਰ ਮਿਲੇਗੀ ਜੀ ਤੁਹਾਨੂੰ ਬਲਬੀ ਸਟੋਰ ਦੀ ਟੀਮ ਵੱਲੋਂ ਲੈਟਰ ਆਫ ਐਪਰੀਸੀਏਸ਼ਨ ਨਾਲ ਤੁਹਾਨੂੰ ਬਹੁਤ ਹੀ ਪਿਆਰਾ ਇਸ ਤਰ੍ਹਾਂ ਦਾ ਕਲਚ ਮਿਲੇਗਾ ਹੈਂਡਵਰਕ ਦਾ ਹੀ ਕਲਚ ਹੈਗਾ ਜੀ ਬਹੁਤ ਡਿਫਰੈਂਟ ਮਟੀਰੀਅਲਸ ਯੂਜ਼ ਕੀਤੇ ਹੋਏ ਨੇ ਸਾਰੇ ਪੀਸ ਤੇ ਸੋ ਦਿਸ ਇਜ਼ ਗੋਇੰਗ ਟੂ ਬੀ ਦ ਹੈਂਪਰ ਦੈਟ ਵੀ ਆਰ ਗੋਇੰਗ ਟੂ ਅਨਾਉਂਸ ਏਵਰੀ ਵੀਕ ਅਸੀਂ ਇਹ ਨਵੇਂ ਵਿਨਰ ਅਨਾਉਂਸ ਕਰਨੇ ਨੇ ਬੈਕ ਵੀ ਤੁਸੀਂ ਦੇਖ ਲਓ ਵੀ ਨਾ ਜੀ ਇੱਕ ਵਾਰੀ ਬੈਕ ਵੀ ਤੁਹਾਨੂੰ ਦਿਖਾ ਦਿੰਨੇ ਆ ਫੁੱਲ ਹੈਵੀ ਬੈਕ ਬਣੀ ਹੋਈ ਆ ਸੇਮ ਉਸ ਤਰ੍ਹਾਂ ਹੀ ਸ਼ਰਗ ਆਏਗਾ ਬੈਕ ਦੇ ਉੱਤੇ ਵੀ ਕਰਦੇ ਫਿਰਣ ਸੁਐਸਰਾ ਆਏਗੀ ਲੋਕ ਜੀ ਸਾਰੇ ਪੀਸ ਜਿਹੜੇ ਤੁਹਾਨੂੰ ਅਸੀਂ ਦਿਖਾਏ ਨੇ ਕਾਫੀ ਯੂਨੀਕ ਆਰਟੀਕਲ ਸਿਗੇ ਇਕਵਲੀ ਸਾਡੇ ਵਟਸਐਪ ਨੰਬਰ ਤੁਸੀਂ ਪਲੀਜ਼ ਨੋਟ ਕਰ ਲਓ ਇਹ 3 ਨੰਬਰਸ ਅਵੇਲੇਬਲ ਨੇ ਵਟਸਐਪ ਤੇ ਕਿਸੇ ਵੀ ਨੰਬਰ ਤੇ ਤੁਸੀਂ ਆਪਣਾ ਸਕਰੀਨਸ਼ਾਟ ਕਲਿੱਕ ਕਰਕੇ ਭੇਜ ਸਕਦੇ ਹੋ ਆਰਡਰ ਪਲੇਸ ਕਰਨ ਦੇ ਲਈ ਸ਼ਿਪਿੰਗ ਇਜ਼ ਅਵੇਲੇਬਲ ਵਰਲਡਵਾਈਡ ਸ਼ਿਪਿੰਗ ਅਸੀਂ ਵਰਲਡਵਾਈਡ ਕਰਦੇ ਆ ਗਿਆ ਤੁਸੀਂ ਕਿਸੇ ਵੀ ਕੰਟਰੀ ਚ ਬੈਠ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਆਲਟਰੇਸ਼ਨਸ ਆਰ ਇਨਕਲੂਡਡ ਵਿਦਨ ਦਾ ਪ੍ਰਾਈਸ ਜੋ ਤੁਸੀਂ ਆਲਟਰੇਸ਼ਨਸ ਕਰਾਉਣਾ ਚਾਹੁੰਦੇ ਹੋ ਕੁਝ ਆਪਾਂ ਫਿਟਿੰਗ ਕਰਾਉਣਾ ਚਾਹੁੰਦੇ ਹੋ ਤੁਸੀਂ ਮੈਜ਼ਰਮੈਂਟਸ ਭੇਜ ਕੇ ਉਹ ਵੀ ਤੁਹਾਨੂੰ ਅਸੀਂ ਕਰਾ ਸਕਦੇ ਹਾਂ ਸੋ ਥੈਂਕ ਯੂ ਸੋ ਮਚ ਫॉर ਬੀਇੰਗ ਵਿਦ ਅਸ ਅੱਜ ਦੀ ਵੀਡੀਓ ਦੇ ਵਿੱਚ ਮਿਲਦੇ ਹਾਂ ਤੁਹਾਨੂੰ ਕੱਲ ਫਿਰ ਹੋਰ ਵੀਡੀਓਜ਼ ਲੈ ਕੇ ਸਤਿ ਸ਼੍ਰੀ ਅਕਾਲ